ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ। ਸਭ ਤੋਂ ਵੱਡੀ ਖਬਰ ਜਿਹਦੇ ਤੇ ਲਗਭਗ ਡੇਢ ਦਿਨ ਤੋਂ ਮੱਥਾ ਪੱਚੀ ਹੋ ਰਿਹਾ ਸੀ, ਮੰਥਨ ਹੋ ਰਿਹਾ ਸੀ। ਕਾਂਗਰਸ ਦੇ ਅੰਦਰਲੇ ਸਰੋਤ ਦੱਸਦੇ ਪਏ ਸੀ ਕਿ ਭੁਪਿੰਦਰ ਸਿੰਘ ਮਾਨ ਨੂੰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਕਿਉਂਕਿ ਭੁਪਿੰਦਰ ਸਿੰਘ ਮਾਨ ਦਾ ਪੁਰਾਣਾ ਸੰਪਰਕ ਤੇ ਸੰਬੰਧ ਕਾਂਗਰਸ ਦੇ ਅੰਦਰਲੇ ਗਲਿਆਰਿਆਂ ਨਾਲ ਸੀ, ਬਿਲਕੁਲ ਕੈਪਟਨ ਅਮਰਿੰਦਰ ਸਿੰਘ ਨਾਲ ਜਾ ਕੇ ਜੁੜਦਾ ਸੀਗਾ। ਸੋ ਕਾਂਗਰਸ ਦੇ ਤਿੰਨ ਵਜ਼ੀਰ ਇਸ ਕੰਮ ਤੇ ਲੱਗੇ ਸੀ ਕਿ ਭੁਪਿੰਦਰ ਸਿੰਘ ਮਾਨ ਇਸ ਕਮੇਟੀ ਨਾਲੋਂ ਵੱਖ ਹੋਣ ਤਾਂ ਕਿ ਕਾਂਗਰਸ ਨੂੰ ਇਹਦਾ ਸੇਕ ਨਾ ਲੱਗੇ ਜੀ। ਤੇ ਹੁਣ ਤੋਂ ਥੋੜੀ ਦੇਰ ਪਹਿਲਾਂ ਉਹਨਾਂ ਨੇ ਟਵੀਟ ਕੀਤਾ ਹੈ, ਉਹਨਾਂ ਨੇ ਆਪਣਾ ਪ੍ਰੈਸ ਨੋਟ ਫੇਸਬੁੱਕ ਤੇ ਛੱਡਿਆ ਹੈ, ਬਿਲਕੁਲ, ਜਿਹਦੇ ਵਿੱਚ ਉਹਨਾਂ ਨੇ ਇਸ ਕਮੇਟੀ ਤੋਂ ਵੱਖ ਹੋਣ ਲੱਗਿਆਂ ਕਈ ਕਾਰਨ ਗਿਣਾਏ ਨੇ, ਔਰ ਉਹਨਾਂ ਨੇ ਇਸ ਸਮਾਜ ਨਾਲ, ਕਿਸਾਨ ਯੂਨੀਅਨਾਂ ਨਾਲ ਔਰ ਆਪਣੀ ਪ੍ਰਤੀਬੱਧਤਾ ਦਰਸਾਈ ਹੈ। ਮੈਂ ਚਾਹੁੰਗਾ ਕਿ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਉਹ ਕਹਿ ਕੀ ਰਹੇ ਆ, ਇਹ ਅਸਤੀਫੇ ਦੇਣ ਵੇਲੇ ਉਹਨਾਂ ਦੀ ਭਾਸ਼ਾ ਕੀ ਆ, ਉਹ ਕੀ ਕਹਿ ਰਹੇ ਆ, ਇਹ ਜ਼ਰਾ ਸਮਝਾਓ। ਉਹਨਾਂ ਦੀ ਭਾਸ਼ਾ ਬੜੀ ਸਾਫ਼ ਹੈ ਜੀ, ਭਾਸ਼ਾ ਜੇ ਤੁਸੀਂ ਪੜੋਗੇ, ਉਹ ਕਹਿੰਦੇ ਨੇ ਕਿ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦੀ ਹਾਂ ਜੀ ਕਿ ਉਹਨਾਂ ਨੇ ਮੈਨੂੰ ਉਸ ਚਾਰ ਮੈਂਬਰੀ ਕਮੇਟੀ ਵਿੱਚ ਪਾਇਆ ਜੀ, ਜਿਸ ਨੇ ਕਿਸਾਨ ਯੂਨੀਅਨਾਂ ਦੇ ਨਾਲ ਤਿੰਨ ਕਿਸਾਨ ਕਾਨੂੰਨਾਂ ਬਾਰੇ ਗੱਲਬਾਤ ਕਰਨੀ ਸੀ ਜੀ। ਲੇਕਿਨ ਇੱਕ ਕਿਸਾਨ ਹੋਣ ਦੇ ਨਾਤੇ ਔਰ ਯੂਨੀਅਨ ਲੀਡਰ ਨਾਤੇ ਹੋਣ ਦੇ ਨਾਤੇ ਜੋ ਮੌਜੂਦਾ ਹਾਲਾਤ ਨੇ ਜੀ, ਜੋ ਕਿਸਾਨਾਂ ਦੀਆਂ ਭਾਵਨਾਵਾਂ ਨੇ ਤੇ ਆਮ ਜਨਤਾ ਦੀ ਜੋ ਰਾਏ ਆ ਜੀ, ਮੈਂ ਉਹਦੇ ਸਾਹਮਣੇ ਝੁਕਦਿਆਂ ਆਪਣੇ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ ਜੀ, ਔਰ ਜਿਹੜਾ ਕੋਈ ਮੈਨੂੰ ਮੌਕਾ ਦਿੱਤਾ ਗਿਆ ਆ ਮੈਂ ਉਸ ਦੀ ਕੁਰਬਾਨੀ ਕਰਦਾ ਹਾਂ ਜੀ, ਔਰ ਆਪਣੇ ਪੰਜਾਬ ਤੇ ਕਿਸਾਨਾਂ, ਦੇਸ਼ ਦੇ ਕਿਸਾਨਾਂ ਲਈ ਉਸ ਕਮੇਟੀ ਤੋਂ ਆਪਣੇ ਆਪ ਨੂੰ ਵੱਖ ਕਰ ਰਿਹਾ ਹਾਂ ਜੀ, ਜਿਹੜੀ ਕਮੇਟੀ 'ਚ ਮੈਨੂੰ ਸ਼ਾਮਿਲ ਕੀਤਾ ਗਿਆ ਸੀ ਜੀ। ਉਹ ਕਹਿੰਦੇ ਨੇ ਕਿ ਮੈਂ ਹਮੇਸ਼ਾ ਕਿਸਾਨਾਂ ਲਈ ਤੇ ਪੰਜਾਬ ਲਈ ਖਲੋਵਾਂਗਾ। ਮੈਂ ਫਿਰ ਇੱਕ ਵਾਰੀ ਦੱਸ ਦਿਆਂ ਕਿ ਭੁਪਿੰਦਰ ਸਿੰਘ ਮਾਨ ਸੁਪਰੀਮ ਕੋਰਟ ਵੱਲੋਂ ਚਾਰ ਮੈਂਬਰੀ ਬਣਾਈ ਗਈ ਕਮੇਟੀ ਤੋਂ ਵੱਖ ਹੋ ਚੁੱਕੇ ਆ। ਉਹਨਾਂ ਨੇ ਆਪਣਾ ਇਹ ਵੱਖਰੇ ਹੋਣ ਦਾ, ਕਮੇਟੀ ਨੂੰ ਛੱਡਣ ਦਾ ਇੱਕ ਪ੍ਰੈਸ ਨੋਟ ਜਿਹੜਾ ਭਾਰਤੀ ਕਿਸਾਨ ਯੂਨੀਅਨ ਦੇ ਲੈਟਰ ਹੈਡ ਤੇ ਆ ਉਹ ਜਾਰੀ ਕੀਤਾ। ਲੇਕਿਨ ਇਹਦੇ ਪਿੱਛੇ ਦੀ ਜਿਹੜੀ ਸਰਗਰਮੀ ਸੀ ਦਿੱਲੀ ਦੇ ਗਲਿਆਰਿਆਂ 'ਚ, ਦਿੱਲੀ ਦੇ ਪੰਜਾਬੀ ਹਲਕਿਆਂ 'ਚ ਵੱਡੇ ਨਾਂ ਜਿਹੜੇ ਚਰਚਿਤ ਨਾਂ ਸੀ ਉਹ ਇਹਦੇ ਪਿੱਛੇ ਲੱਗੇ ਸੀ ਕਿ ਕਿਵੇਂ ਨਾ ਕਿਵੇਂ ਜਿਹੜੀ ਕਮੇਟੀ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਆ ਉਹਦੇ 'ਤੇ ਇਹ ਇਲਜ਼ਾਮ ਆ ਰਿਹਾ ਕਿ ਇਹ ਸਰਕਾਰ ਪੱਖੀ ਆ, ਇਹ ਕੇਂਦਰ ਪੱਖੀ ਆ, ਇਹ ਸਾਰੇ ਹੀ ਵਿਦਵਾਨ, ਇਹ ਸਾਰੇ ਹੀ ਇਕੋਨੋਮਿਸਟ ਔਰ ਐਗਰੀਕਲਚਰ ਐਕਸਪਰਟਸ ਜਿਹੜੇ ਨੇ ਇਹ ਸਾਰੇ ਕਿਸੇ ਨਾ ਕਿਸੇ ਮੌਕੇ 'ਤੇ ਇਹਨਾਂ ਕਾਨੂੰਨਾਂ ਦੇ ਹੱਕ 'ਚ ਭੁਗਤਦੇ ਰਹੇ ਆ। ਭੁਪਿੰਦਰ ਸਿੰਘ ਮਾਨ ਕਿਉਂਕਿ ਕਾਂਗਰਸ ਦੇ ਨਾਲ ਜੁੜਦਾ ਨਾਂ ਸੀ, ਇਸ ਲਈ ਇੱਕ ਸਰਗਰਮੀ ਸੀ ਔਰ ਲਗਾਤਾਰ ਕੋਸ਼ਿਸ਼ ਹੋ ਰਹੀ ਸੀ ਕਿ ਕਾਂਗਰਸ ਨੂੰ ਇਸ ਜਿੱਲਣ ਚੋਂ ਕੱਢਣ ਲਈ, ਇਸ ਮੁਸ਼ਕਲ ਮੁਸੀਬਤ ਦਾ ਸੇਕ ਨਾ ਲੱਗੇ, ਭੁਪਿੰਦਰ ਸਿੰਘ ਮਾਨ ਇਸ ਕਮੇਟੀ ਤੋਂ ਵੱਖ ਹੋ ਜਾਣ। ਮੈਂ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਿਆਂ ਕਿ ਇਸੇ ਹੀ ਕਵਾਇਦ ਦੇ ਦੌਰਾਨ ਇੱਕ ਹੋਰ ਨਾਂ ਜਿਹੜਾ ਮਹਾਰਾਸ਼ਟਰ ਨਾਲ ਸੰਬੰਧਿਤ ਹੈ ਉਹਦੇ ਲਈ ਸ਼ਰਦ ਪਵਾਰ ਨੂੰ ਵੀ ਅਪਰੋਚ ਕੀਤਾ ਗਿਆ। ਸ਼ਰਦ ਪਵਾਰ ਨੂੰ ਮਨਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਉਹ ਆਪਣਾ ਇਨਫਲੂਐਂਸ, ਆਪਣਾ ਪ੍ਰਭਾਵ ਵਰਤ ਕੇ ਇੱਕ ਹੋਰ ਮੈਂਬਰ ਇਸ ਕਮੇਟੀ ਨਾਲੋਂ ਵੱਖ ਹੋਵੇ ਤਾਂ ਕਿ ਸੁਪਰੀਮ ਕੋਰਟ ਇਸ ਕਮੇਟੀ ਨੂੰ ਮੁੜ ਕੇ ਗਠਿਤ ਕਰ ਸਕੇ। ਇਹਦੇ ਵਿੱਚ ਕਿਸਾਨੀ ਬਿੱਲਾਂ ਦੇ ਹੱਕ ਔਰ ਖਿਲਾਫ਼ ਦੇ ਵਿੱਚ ਇੱਕ ਬੈਲੈਂਸ ਬਣ ਸਕੇ। ਜਿਹੜੀਆਂ ਚਾਰ ਕਮੇਟੀ ਦੀਆਂ ਜਿਹੜੇ ਮੈਂਬਰ ਸੀਗੇ, ਜੇ ਉਹਨਾਂ ਦੀਆਂ ਸਿਫਾਰਿਸ਼ਾਂ ਹੁਣੇ ਹੀ ਦੇਖੀਏ ਤਾਂ ਪਹਿਲੇ ਨਜ਼ਰੇ ਹੀ ਲੱਗਦਾ ਸੀ ਕਿ ਇਹ ਕਮੇਟੀ ਸੁਪਰੀਮ ਕੋਰਟ ਨੂੰ ਸ਼ਾਇਦ, ਜੇ ਪੀ ਸਾਈਨਾਥ ਦਾ ਨਾਂ ਨਾ ਆਉਣਾ ਜਾਂ ਹੋਰ ਜਿਹੜੇ ਵੱਡੇ ਐਕਸਪਰਟ ਉਹਨਾਂ ਦਾ ਨਾਂ ਨਾ ਆ ਕੇ ਇਹ ਨਾ ਆਉਣੇ ਤੇ ਇੱਕ ਮੁਸ਼ਕਲ ਲੱਗ ਰਹੀ ਸੀ ਕਿ ਕਮੇਟੀ ਸਪੋਂਸਰਡ ਹੈ ਨਾ ਸਪੋਂਸਰਡ ਨੇ, ਦੋਸ਼ ਲੱਗ ਰਹੇ ਸੀ। ਹਾਲਾਂਕਿ ਮਾਨਯੋਗ ਸੁਪਰੀਮ ਕੋਰਟ ਦੇ ਮਾਮਲੇ 'ਚ ਕੋਈ ਟਿੱਪਣੀ ਕਰਨੀ ਠੀਕ ਨਹੀਂ ਹੁੰਦੀ ਔਰ ਇਹ ਕਰਨੀ ਵੀ ਨਹੀਂ ਬਣਦੀ, ਲੇਕਿਨ ਜਿਹੜੀ ਵਾਰ ਵਾਰ ਗੱਲ ਆ ਰਹੀ ਸੀ, ਜਿਹੜੇ ਵਿਦਵਾਨ ਕਹਿ ਰਹੇ ਸੀ, ਲੇਖ ਆ ਰਹੇ ਸੀਗੇ ਕਿ ਇਹ ਕਮੇਟੀ ਪਹਿਲੀ ਨਜ਼ਰੇ ਸਰਕਾਰੀ ਪੱਖੀ ਲੱਗਦੀ ਆ, ਉਹਦੇ ਵਿੱਚੋਂ ਇਹ ਭੁਪਿੰਦਰ ਸਿੰਘ ਮਾਨ ਬਾਹਰ ਹੋ ਚੁੱਕੇ ਆ ਔਰ ਇਹਦੇ ਲਈ ਤਰੱਦਦ ਕੀਤਾ ਗਿਆ। ਇਹਦੇ ਲਈ ਕਾਂਗਰਸੀ ਸਫਾਂ ਦੇ ਵਿੱਚ ਘਮਾਸਾਨ ਸੀ। ਲਗਭਗ ਦੋ ਦਿਨ ਤੋਂ ਇਹ ਮਨ ਮਨੌਤੀਆਂ ਚੱਲ ਰਹੀਆਂ ਸੀ ਔਰ ਮੈਂ ਅਪੁਸ਼ਟ ਖਬਰ ਨੂੰ ਜ਼ਰੂਰ, ਮੈਂ ਪੁਸ਼ਟੀ ਨਹੀਂ ਕਰਦਾ, ਲੇਕਿਨ ਮੈਨੂੰ ਇਹ ਪਤਾ ਸੀ ਕਿ ਦੋ ਵਜ਼ੀਰ ਪੰਜਾਬ ਸਰਕਾਰ ਦੇ ਇਸ ਕੰਮ ਲਈ ਭੁਪਿੰਦਰ ਸਿੰਘ ਮਾਨ ਨੂੰ ਉਹਨਾਂ ਨੂੰ ਮਿਲੇ ਔਰ ਇਹ ਇਨਫਲੂਐਂਸ, ਇਹ ਪ੍ਰਭਾਵ ਬਣਾਇਆ ਗਿਆ ਕਿ ਤੁਹਾਡੇ ਨਾਂ ਨਾਲ ਚੱਲਣ ਨਾਲ ਕਾਂਗਰਸ ਦਾ ਨੁਕਸਾਨ ਤੇ ਹੋਵੇਗਾ ਹੀ, ਬਿਲਕੁਲ, ਪੰਜਾਬ ਦੇ ਵਿੱਚ ਤੁਹਾਡੀ ਸਰਵਾਈਵਲ ਸ਼ੱਕੀ ਹੋ ਜਾਊਗੀ, ਤੁਸੀਂ ਦੁਬਾਰਾ ਕਦੇ ਵੀ ਇਸ
ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਥੱਲੇ ਮੂਵ ਨਹੀਂ ਕਰ ਸਕੋਗੇ, ਤੁਸੀਂ ਜਿਹੜੀਆਂ ਸੰਘਰਸ਼ ਕਰਦੀਆਂ ਕਿਸਾਨ ਧਿਰਾਂ ਉਹਨਾਂ ਨਾਲੋਂ ਅਲੱਗ ਥਲੱਗ ਪੈ ਜਾਓਗੇ, ਤੁਹਾਨੂੰ ਇਸ ਦ੍ਰਿਸ਼ ਦੇ ਵਿੱਚ ਸੰਭਵ ਤੌਰ ਤੇ ਸਰਵਾਈਵਲ ਔਖੀ ਹੋ ਜਾਊਗੀ, ਇਹ ਤੁਸੀਂ ਗੱਲ ਕਰ ਰਹੇ ਸੀ। ਸਭ ਤੋਂ ਅਹਿਮ ਗੱਲ ਇਹ ਜਦੋਂ ਸਾਹਿਬ ਭੁਪਿੰਦਰ ਸਿੰਘ ਮਾਨ ਦਾ ਉਸ 4 ਮੈਂਬਰੀ ਕਮੇਟੀ ਵਿੱਚ ਨਾਂ ਆਇਆ ਜੀ, ਉਸ ਤੋਂ ਬਾਅਦ ਜਿਹੜਾ ਸਭ ਤੋਂ ਪਹਿਲੀ ਜੋ ਤਨਜ ਆਉਂਦੀ ਆ ਜੀ, ਉਹ ਇਹ ਆਉਂਦੀ ਆ ਕਿ ਇੱਕ ਲਹਿਰ 1994 ਦੇ 1984 ਦੇ ਵਿੱਚ ਜੀ ਕਿਸਾਨਾਂ ਲਈ ਤੁਰੀ ਸੀ, ਅੰਦੋਲਨ ਤੁਰਿਆ ਸੀ। ਉਸ ਅੰਦੋਲਨ ਦੇ 3 ਆਗੂ ਸਨ ਜੀ, ਬਲਬੀਰ ਸਿੰਘ ਰਾਜੇਵਾਲ, ਅਜਮੇਰ ਸਿੰਘ ਲੱਖੋਵਾਲ ਤੇ ਭੁਪਿੰਦਰ ਸਿੰਘ ਮਾਨ ਜੀ। ਲੋਕ ਸਵਾਲ ਕਰਦੇ ਸਨ ਕਿ ਸਾਨੂੰ ਦੱਸ ਦਿਓ ਉਹਨਾਂ ਤਿੰਨਾਂ ਆਗੂਆਂ ਚੋਂ 2 ਤੇ ਬੈਠੇ ਨੇ ਸਿੰਘੂ ਬਾਰਡਰ ਤੇ ਜੀ, ਇਹ ਤੀਸਰਾ ਆਗੂ ਜਿਹੜਾ ਆ ਇਹ ਦਿੱਲੀ ਵਾਲੇ ਪਾਸੇ ਕਿੱਧਰ ਚਲੇ ਗਿਆ ਜੀ। ਔਰ ਲੋਕ ਸਵਾਲ ਕਰਨ ਲੱਗ ਪਏ ਸਨ ਕਿ ਸਾਨੂੰ ਉਸ ਅੰਦੋਲਨ ਦੀ ਪ੍ਰਾਪਤੀ ਤੇ ਗਿਣਾ ਦਿਓ ਜੀ, ਜੀ ਨਹੀਂ ਤੇ ਸਾਡੇ ਅੰਦਰ ਸ਼ੰਕਾ ਰਹੇਗੀ ਕਿ ਸਾਨੂੰ ਇਨਸਾਫ ਇਸ ਵਾਰ ਵੀ ਨਹੀਂ ਮਿਲਣਾ। ਠੀਕ ਹੈ। ਔਰ ਦੂਸਰੀ ਗੱਲ ਇਹ ਕਿ ਪਹਿਲੇ ਦਿਨ ਤੋਂ ਜਦੋਂ ਕਾਂਗਰਸ ਪਾਰਟੀ ਜਿਹੜੀ ਆ ਪੰਜਾਬ ਦੇ ਵਿੱਚ ਜਿਹੜੀ ਸੱਤਾਧਾਰੀ ਆ ਉਹ ਪਹਿਲੇ ਦਿਨ ਤੋਂ ਹੀ ਇਹਨਾਂ 3 ਕਾਨੂੰਨਾਂ ਦੇ ਖਿਲਾਫ ਹੈ, ਔਰ ਅੱਜ ਵੀ ਉਹਨਾਂ ਦੀ ਬਕਾਇਦਾ ਮੰਤਰੀ ਮੰਡਲ ਦੀ ਮੀਟਿੰਗ ਹੋ ਰਹੀ ਹੈ ਇਸ 4 ਮੈਂਬਰੀ ਕਮੇਟੀ ਬਣਨ ਤੋਂ ਬਾਅਦ। ਇਹ ਇਹ ਸਰਦਾਰ ਸਾਹਿਬ ਇਹ ਕੈਪਟਨ ਅਮਰਿੰਦਰ ਸਿੰਘ ਲਈ ਨਿੱਜੀ ਤੌਰ ਤੇ ਇੱਕ ਸੰਕਟ ਸੀ, ਇਹ ਕੈਪਟਨ ਅਮਰਿੰਦਰ ਸਿੰਘ ਲਈ ਗਲੇ ਦੀ ਹੱਡੀ ਸੀ ਬਿਲਕੁਲ ਇਹ ਮਸਲਾ ਕਿ ਭੁਪਿੰਦਰ ਸਿੰਘ ਮਾਨ ਜਿਹੜੇ ਗਾਏ ਬਗਾਏ ਕੈਪਟਨ ਅਮਰਿੰਦਰ ਸਿੰਘ ਦੇ ਬਗਲ ਚ ਬਹਿੰਦੇ ਰਹੇ ਆ ਉਹਨਾਂ ਦੀ ਐਸੋਸੀਏਸ਼ਨ, ਤੁਸੀਂ ਉਦਾਂ ਜ਼ਿਕਰ ਵੀ ਕੀਤਾ ਸੀ ਇਹਨਾਂ ਦਾ, ਲੇਕਿਨ ਉਸੇ ਵੇਲੇ ਨਾਲ ਹੀ ਐਫਰਟਸ ਸ਼ੁਰੂ ਹੋ ਗਏ ਕਿਉਂਕਿ ਉਹ ਗਲਿਆਰੇ ਜਿਹੜੇ ਪੰਜਾਬ ਦੇ ਮੰਤਰੀਆਂ ਨਾਲ ਜੁੜਦੇ ਦਿੱਲੀ ਤੋਂ, ਦਿੱਲੀ ਦੇ ਅੰਦਰਲੇ ਗਲਿਆਰਿਆਂ ਤੋਂ ਇਹ ਖਬਰ ਸਾਹਮਣੇ ਆ ਰਹੀ ਸੀ ਕੱਲ ਸ਼ਾਮ ਤੋਂ, ਕਿਉਂਕਿ ਇਹ ਇੱਕ ਤਿਉਹਾਰ ਦਾ ਦਿਨ ਸੀ, ਇਹਦੇ ਵਿੱਚ ਅਸੀਂ ਚਾਹੁੰਦੇ ਨਹੀਂ ਸੀ ਕਿ ਇਹ, ਕਿਉਂਕਿ ਸਾਡੇ ਸਟੂਡੀਓ ਦੇ ਵਿੱਚ ਵੀ ਕੋਈ ਸਮੱਸਿਆ ਸੀ ਤੇ ਅਸੀਂ ਇਹ ਗੱਲ ਨੂੰ ਨਸ਼ਰ ਨਹੀਂ ਕਰ ਪਾਏ। ਸਵਾਲ ਇਹ ਸੀਗਾ ਕਿ ਲਗਾਤਾਰ ਐਫਰਟਸ ਲੱਗ ਰਹੇ ਸੀ ਕਿ ਭੁਪਿੰਦਰ ਸਿੰਘ ਮਾਨ ਨੂੰ ਪੰਜਾਬ ਸਰਕਾਰ ਮਨਾਵੇ। ਅੱਜ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਸੇ ਏਜੰਡੇ ਦੇ ਉੱਤੇ ਇਸੇ ਅੱਗੇ ਗੱਲ ਕਰਨ ਲਈ ਕੈਬਨਿਟ ਦੀ ਮੀਟਿੰਗ ਸੀ, ਕੈਬਨਿਟ ਦੀ ਮੀਟਿੰਗ, ਕਿਉਂਕਿ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਭੁਪਿੰਦਰ ਸਿੰਘ ਮਾਨ ਦਾ ਬਾਹਰ ਆਉਣਾ ਇਹ ਸਾਹ ਸੌਖਾ ਕਰਦਾ, ਔਰ ਇਹ ਸਾਹ ਸੌਖਾ ਭੁਪਿੰਦਰ ਸਿੰਘ ਮਾਨ ਨੂੰ ਫਾਇਦਾ ਦੇਊਗਾ, ਸੋਸਾਇਟੀ ਦੇ ਵਿੱਚ ਉਹਨਾਂ ਨੂੰ ਇੱਜ਼ਤ ਉਹਨਾਂ ਦੀ ਵਧੂਗੀ ਬਿਲਕੁਲ, ਔਰ ਸਿਆਸੀ ਹਲਕੇ ਜਿਹੜੇ ਆ ਪੰਜਾਬ ਦੇ ਔਰ ਸੱਤਾ ਦੇ ਗਲਿਆਰੇ ਆ ਉਹਨਾਂ ਚ ਉਹਨਾਂ ਦਾ ਸਥਾਨ ਵਧੂਗਾ। ਸੋ ਇਹ ਵੱਡਾ ਸਵਾਲ ਸੀ ਕਿ ਜੇਕਰ ਤੁਰੰਤ ਪ੍ਰਭਾਵ ਨਾਲ ਭੁਪਿੰਦਰ ਸਿੰਘ ਮਾਨ ਇਹ ਤੋਂ ਵੱਖ ਹੁੰਦੇ ਤੇ ਗੱਲ ਕੁਛ ਹੋਰ ਵੀ ਵਧੀਆ ਹੁੰਦੀ, ਠੀਕ ਹੈ ਜੀ, ਤੁਰੰਤ ਪ੍ਰਭਾਵ ਨਾਲ ਜੇ ਵੱਖਰੇ ਹੁੰਦੇ ਤੇ ਗੱਲ ਹੋਰ ਹੁੰਦੀ। ਸਰਦਾਰ ਸਾਹਿਬ ਹੁਣ ਜਦੋਂ ਸੋਮਵਾਰ ਵਾਲੇ ਦਿਨ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰੀ ਫਿਰ ਸੁਣਵਾਈ ਆ, ਜਦੋਂ ਸੋਮਵਾਰ ਨੂੰ ਗਵਰਨਮੈਂਟ ਨੇ ਹਲਫਨਾਮਾ ਦਾਇਰ ਕਰਨਾ ਹੈ ਜਿਹੜੀ ਗਰਮ ਖਿਆਲੀਆਂ ਦੀ ਸ਼ਮੂਲੀਅਤ ਬਾਰੇ, ਬਿਲਕੁਲ ਦੂਜੀ ਗੱਲ ਕਿ ਉਹਦੇ ਉਸੇ ਮੌਕੇ ਤੇ ਇੱਕ ਜਿਹੜੀ ਹੋਰ ਪਟੀਸ਼ਨ ਹੈ ਕਿ 26 ਜਨਵਰੀ ਵਾਲੇ ਦਿਨ ਟਰੈਕਟਰ ਮਾਰਚ ਨੂੰ ਲੈ ਕੇ ਕਿ ਇਹ ਕੋਈ ਸੁਪਰੀਮ ਕੋਰਟ ਅੰਤਰਮ ਆਰਡਰ ਜਾਰੀ ਕਰੇ ਕਿਸਾਨਾਂ ਦੇ 26 ਜਨਵਰੀ ਦੇ ਸਮਾਨਾਂਤਰ ਮਾਰਚ ਬਾਰੇ, ਤੇ ਉਸ ਵੇਲੇ ਉਹਨਾਂ ਦੀ ਬਣਾਈ 4 ਮੈਂਬਰੀ ਕਮੇਟੀ ਚੋਂ ਇੱਕ ਮੈਂਬਰ ਦਾ ਪਿੱਛੇ ਆ ਜਾਣਾ। ਸੋ ਇਹਦੇ ਉੱਤੇ ਵੀ ਗੱਲ ਹੋ ਸਕਦੀ ਆ। ਮੈਂ ਰਾਜੇਵਾਲ ਨੂੰ ਸੁਣਿਆ ਸੀ ਜਦੋਂ ਕਹਿ ਰਹੇ ਸੀਗੇ ਕਿ ਸਾਨੂੰ ਇਸ ਗੱਲ ਬਾਰੇ ਕਨਫਰਮ ਸੀ, ਸਾਨੂੰ ਜਿਸ ਦਿਨ ਸੁਣਵਾਈ ਹੋਈ ਆ 11 ਤਰੀਕ ਵਾਲੇ ਦਿਨ, ਉਸ ਦਿਨ ਸੁਣਵਾਈ ਵੇਲੇ ਇਹ ਗੱਲ ਪੁਖਤਾ ਹੋ ਗਈ ਸੀ ਕਿ ਸਾਡੇ ਵਕੀਲਾਂ ਨੇ ਸਾਡੇ ਵੱਲੋਂ ਅਗਲੇ ਦਿਨ ਜਵਾਬ ਦੇਣਾ ਸੀ, ਲੇਕਿਨ ਜੱਜਸ ਨੇ ਕਿਹਾ ਗਿਆ ਸੀ ਕਿ ਇਹ ਬਹਿਸ ਅਗਲੇ ਦਿਨ ਕਰਕੇ ਤੁਹਾਡੀ ਰਾਏ ਲੈ ਕੇ ਕਿਸਾਨਾਂ ਤੋਂ ਮਿਲਿਆ ਜਵਾਬ ਲੈ ਕੇ ਫਿਰ ਅਸੀਂ ਆਰਡਰ ਲਿਖਾਂਗੇ। ਲੇਕਿਨ ਕਹਿੰਦੇ ਜਦੋਂ ਅਸੀਂ ਦੇਖਿਆ ਕਿ ਜਿਹੜੀ ਅਗਲੇ ਦਿਨ ਲਿਸਟ ਹੋਈ ਆ, ਜਿਹੜੀ ਲਿਸਟ ਹੋਈ ਆ ਹੀਅਰਿੰਗਸ ਦੀ, ਜਿਹੜੀ ਸੁਣਵਾਈ ਲਈ ਕੇਸ ਲਿਸਟ ਹੋਇਆ, ਉਹਦੇ ਵਿੱਚ ਇਹ ਕੇਸ ਆਰਡਰ ਤੇ ਲੱਗਿਆ ਸੀ। ਕਹਿੰਦੇ ਜੀ ਬਹਿਸ ਜਾਂ ਆਰਗੂਮੈਂਟਸ ਦੀ ਗੱਲ ਖਤਮ ਹੋ ਗਈ, ਸਾਨੂੰ ਲੱਗਿਆ ਕਿ ਜੇ ਇਹ ਆਰਡਰ ਤੇ ਲੱਗਿਆ ਫਿਰ ਬਹਿਸ ਦੀ ਸਾਡੇ ਜਾਣ ਦਾ ਮਤਲਬ ਫਿਰ ਬੈਠ ਹੋਣੀ। ਸੋ ਮੈਨੂੰ ਲੱਗਦਾ ਹੈ ਕਿ ਸੋਮਵਾਰ ਨੂੰ ਜਦੋਂ ਇਹ ਸੁਪਰੀਮ ਕੋਰਟ ਦੇ ਵਿੱਚ ਬਾਕੀ ਮਸਲੇ ਕਿਸਾਨੀ ਨਾਲ ਸੰਬੰਧਿਤ ਜਾਣਗੇ, ਅੰਦੋਲਨ ਨਾਲ ਸੰਬੰਧਿਤ ਜਾਣਗੇ, ਤੇ ਇਹ ਮਸਲਾ 4 ਚੋਂ 3 ਦਾ ਰਹਿ ਜਾਣਾ, ਤੇ ਸੰਭਾਵਿਤ ਤੌਰ ਤੇ ਜੇਕਰ ਮਹਾਰਾਸ਼ਟਰ ਦੀ ਪੋਲਿਟਿਕਸ ਵਿੱਚ ਕੁਝ ਤਾਂ ਠਾਂ ਹੁੰਦਾ ਹੈ, ਜੇਕਰ ਸ਼ਰਦ ਪਵਾਰ ਜਾਂ ਉਹਨਾਂ ਦਾ ਜਿਹੜਾ ਆਪਣਾ ਤੌਰ ਤਰੀਕਾ ਹੈ ਕੰਮ ਕਰਨ ਦਾ ਉਹ ਆੜੇ ਨਹੀਂ ਆਉਂਦਾ, ਉਹ ਪ੍ਰਭਾਵ ਵਰਤਦੇ ਆ, ਤੇ ਇੱਕ ਹੋਰ ਮੈਂਬਰ ਇਸ ਕਮੇਟੀ ਨੂੰ ਛੱਡ ਸਕਦਾ ਹੈ, ਜੇਕਰ ਉਹ ਮੈਂਬਰ ਛੱਡਦਾ ਤੇ ਫਿਰ ਸੁਪਰੀਮ ਕੋਰਟ ਦੇ ਸਾਹਮਣੇ ਇਹ ਮਸਲਾ ਹੋਊਗਾ ਕਿ ਇਸ ਕਮੇਟੀ ਨੂੰ ਨਵੇਂ ਸਿਰਿਓਂ ਵਿਉਂਤਿਆ ਜਾਵੇ, ਨਵੇਂ ਸਿਰੋਂ ਵਿਉਂਤਿਆ ਜਾਵੇ, ਪੀ ਸਾਈਨਾਥ ਵਰਗੇ ਨਾਂ ਪਿੱਛੇ ਕਿਉਂ ਰਹਿ ਗਏ, ਬਿਲਕੁਲ ਫਿਰ ਇਹ ਖੇਤੀ ਖੇਤਰ ਨਾਲ ਜੁੜੇ ਹੋਰ ਵੱਡੇ ਨਾਂ ਪਿੱਛੇ ਕਿਉਂ ਰਹਿ ਗਏ,
ਫਿਰ ਇਸ ਖੇਤਰ ਨਾਲ ਸੰਬੰਧਿਤ ਆਗੂਆਂ ਦੀ ਗੱਲ ਫਿਰ ਤੁਰੂਗੀ। ਇਸ ਵੇਲੇ ਇਹ ਸਭ ਤੋਂ ਵੱਡਾ ਕਿਸਾਨੀ ਅੰਦੋਲਨ ਨੂੰ ਇੱਕ ਸਪੋਰਟ ਹੈ, ਬੂਸਟ ਹੈ, ਇਹ ਭਵਿੰਦਰ ਸਿੰਘ ਮਾਨ ਦਾ ਪਿਛਾਂ ਹੋਣਾ। ਔਰ ਲੇਕਿਨ ਅੱਗੇ ਜਾ ਕੇ ਅਸੀਂ ਗੱਲ ਕਰਾਂਗੇ, ਇੱਕ ਹੋਰ ਸਵਾਲ ਵੀ ਹੈ ਕਿ 26 ਤਰੀਕ ਨੂੰ ਲੈ ਕੇ, ਤੌਰ ਤਰੀਕਿਆਂ ਨੂੰ ਲੈ ਕੇ ਦੋ ਵੱਡੇ ਆਗੂਆਂ ਚ ਇੱਕ ਆਪਸੀ ਰੱਫੜ ਵੀ ਹੈ। ਮੈਂ ਭੁਪਿੰਦਰ ਸਿੰਘ ਮਾਨ ਦੇ ਨਜ਼ਰੀਏ ਤੋਂ ਇੱਕ ਵਾਰੀ ਗੱਲ ਤੋੜਨਾ ਫਿਰ ਅੱਗੇ ਤੋਰਨਾ ਚਾਹੂੰਗਾ ਕਿ ਪੰਜਾਬ ਚ ਜਿਸ ਤਰ੍ਹਾਂ ਦਾ ਮਾਹੌਲ ਬਣਿਆ, ਭੁਪਿੰਦਰ ਸਿੰਘ ਮਾਨ ਤੇ ਉਹਨਾਂ ਦੇ ਪਰਿਵਾਰ ਨੂੰ ਵਾਰਾ ਹੀ ਨਹੀਂ ਸੀ ਖਾਂਦਾ ਕਿ ਉਹ ਲੋਕ ਭਾਵਨਾਵਾਂ ਦੇ ਉਲਟ ਇਸ ਕਮੇਟੀ ਦਾ ਹਿੱਸਾ ਬਣੇ। ਦੋ ਚੀਜ਼ਾਂ ਬੜੀਆਂ ਸਾਫ਼ ਕਹੀਆਂ ਜਾਂਦੀਆਂ ਨੇ ਜੀ, ਕਹੀਆਂ ਜਾਂਦੀਆਂ ਨੇ ਕਿ ਲਹਿਰਾਂ ਦੇ ਨਾਲ ਤੁਰਨ ਵਾਲੇ ਲੋਕ ਜੀ ਜਿਹੜੇ ਨੇ ਉਹਨਾਂ ਦੀ ਕਦੇ ਪਹਿਚਾਣ ਨਹੀਂ ਰਹਿੰਦੀ ਜੀ, ਜਿਹੜੇ ਲਹਿਰਾਂ ਦੇ ਉਲਟ ਚੱਲਦੇ ਨੇ ਉਹੀ ਘੋਂਦੇ ਨੇ, ਵਾਕੇ ਤਾਕਤਵਰ ਨੇ, ਵਾਕੇ ਮਜ਼ਬੂਤ ਲੋਕ ਜੀ। ਲੇਕਿਨ ਇਹ ਲਹਿਰ ਐਸੀ ਆ ਜਿਹੜੀ ਇੱਕ ਤਾਕਤਵਰ ਸਰਕਾਰ ਦੇ ਖਿਲਾਫ ਜਾ ਰਹੀ ਹੈ ਜੀ, ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜਾ ਰਹੀ ਹੈ। ਔਰ ਐਸੇ ਮੌਕੇ ਇੱਕ ਸਾਬਕਾ ਰਾਜ ਸਭਾ ਦੇ ਮੈਂਬਰ ਜਿਹੜੇ ਕਿ ਖੁਦ ਇਸ ਲਹਿਰ ਦੇ ਅੰਗ ਰਹੇ ਨੇ, ਕਿਸੇ ਟਾਈਮ ਇਸ ਲਹਿਰ ਨਾਲ ਜੁੜੇ ਰਹੇ ਨੇ, ਅੱਜ ਉਹ ਵਾਪਸ ਆਪਣੀ ਉਸ ਲਹਿਰ ਦੇ ਨਾਲ ਜੁੜਦੇ ਪਏ ਨੇ ਜਿਸ ਲਹਿਰ ਨੂੰ ਉਹਨਾਂ ਨੇ ਹਮੇਸ਼ਾ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਵਰਤਿਆ ਸੀ। ਮੈਂ ਇੱਕ ਹੋਰ ਗੱਲ ਕਰਨੀ ਸਰਦਾਰ ਸਾਹਿਬ, ਸਾਡੇ ਲੋਕ ਇੰਪੇਸ਼ੈਂਟ ਵੀ ਹੈ, ਅਸੀਂ ਵੀ ਹਾਂ ਜੀ, ਪੰਜਾਬੀਆਂ ਦਾ ਸੁਭਾਅ ਰਿਐਕਟ ਤੁਰੰਤ ਕਰਦੇ ਆ, ਬਿਲਕੁਲ ਤੇ ਕਰਨਾ ਵੀ ਬਣਦਾ, ਜਿਨ੍ਹਾਂ ਦੇ ਖੂਨ ਚ ਗਰਮੀ ਹੁੰਦੀ ਆ ਉਹ ਤੜਫ ਵੀ ਜਾਂਦੇ ਆ, ਬਿਲਕੁਲ। ਭੁਪਿੰਦਰ ਸਿੰਘ ਮਾਨ ਨਾਲ ਸੰਬੰਧਿਤ ਬਹੁਤ ਕੁਝ ਐਸਾ ਸੋਸ਼ਲ ਮੀਡੀਆ ਦੇ ਉੱਤੇ ਚੱਲਦਾ ਰਿਹਾ ਜੀ ਜੀ, ਉਹਦੀ ਭਰੋਸੇਯੋਗਤਾ ਕਿਸੇ ਨੇ ਨਹੀਂ ਦੱਸੀ, ਬਿਲਕੁਲ ਕਿਹੜੇ ਸਰੋਤ ਤੋਂ ਆ ਰਿਹਾ, ਕੀ ਆ ਰਿਹਾ। ਹਾਂ, ਪਰ ਦੋ ਦਿਨ ਘੰਟਿਆਂ ਦਾ ਇਹ ਸਫ਼ਰ ਸੀ, ਉਹ ਕੁਝ ਹੋਇਆ। ਮੈਨੂੰ ਲੱਗਦਾ ਹੈ ਕਿ ਜੇਕਰ ਇਹੀ ਫੈਸਲਾ ਭੁਪਿੰਦਰ ਸਿੰਘ ਮਾਨ ਤੁਰੰਤ ਪ੍ਰਭਾਵ ਨਾਲ ਲੈਂਦੇ ਜੀ ਤੇ ਉਹ ਇਸ ਮੂਮੈਂਟ ਦੇ ਹੀਰੋ ਹੁੰਦੇ ਜੀ, ਦੂਜੇ ਬੰਨੇ ਉਹ ਦੋਨਾਂ ਸਿੰਘੂ ਔਰ ਟਿੱਕਰੀ ਬਾਰਡਰ ਦੀ ਸਟੇਜ ਤੋਂ ਸੱਦ ਕੇ ਸਨਮਾਨੇ ਜਾਂਦੇ, ਬਿਲਕੁਲ। ਕੀ ਖਿਆਲ ਹੈ ਜੀ? ਦੇਖੋ, ਕਿਸਾਨ ਜਥੇਬੰਦੀਆਂ ਦੇ ਆਪਸੀ ਮਤਭੇਦ ਜਿੰਨੇ ਮਰਜ਼ੀ ਹੋਣ, ਜਿਹੜਾ ਤੁਹਾਡੇ ਲਈ ਹਾ ਦਾ ਨਾਰਾ ਮਾਰਦਾ ਹੈ, ਜਿਹੜਾ ਕੋਈ ਕੁਰਬਾਨੀ ਕਰਦਾ ਹੈ, ਉਹਨੂੰ ਤੁਹਾਨੂੰ ਵੈਲਕਮ ਕਰਨਾ ਬਣਦਾ। ਬਿਲਕੁਲ, ਦੇਖੋ ਜੋ ਉਹਨਾਂ ਦਾ ਹੁਣ ਵੀ ਫੈਸਲਾ ਹੈ, ਜੋ ਕੁਝ ਉਹਨਾਂ ਦੀ, ਕਿਉਂਕਿ ਜਿਹੜਾ ਟਵੀਟ ਹੈ, ਜਿਹੜਾ ਪ੍ਰੈਸ ਨੋਟ ਟਾਈਪ ਟਵੀਟ ਹੈ, ਇਹ ਉਹਨਾਂ ਦੀ ਫੇਸਬੁੱਕ ਅਕਾਊਂਟ ਤੇ ਆਪਣੇ ਉੱਤੇ ਜੀ, ਜੇ ਉਹਦੇ ਤੇ ਵਿਸ਼ਵਾਸ ਕੀਤਾ ਜਾਵੇ, ਜੋ ਉਹਨਾਂ ਦਾ ਫੈਸਲਾ, ਉਸ ਫੈਸਲੇ ਨੂੰ ਲੈ ਕੇ ਲੋਕਾਂ ਨੇ ਉਹਨਾਂ ਨੂੰ ਹੁਣ ਵੀ ਪ੍ਰਵਾਨ ਕਰਨਾ ਜੀ, ਲੇਕਿਨ ਉਹ ਪ੍ਰਵਾਨਗੀ ਉੱਡੀ ਮਜ਼ਬੂਤ ਨਹੀਂ ਹੋਏਗੀ ਜੀ। ਸਿਰਖਾਂ ਤੇ ਬਿਠਾਉਣ ਵਾਲੀ ਗੱਲ ਜਿਹੜੀ ਵਾਪਰਨੀ ਸੀ, ਇੱਕ ਹੀਰੋਇਜ਼ਮ, ਇੱਕ ਨਾਇਕ ਦਾ ਅੱਗੇ ਵਧਣਾ, ਲੇਕਿਨ ਅੱਜ ਸ਼ਾਇਦ ਇਹਨੂੰ ਮੰਨਿਆ ਜਾਊਗਾ ਕਿ ਜਿਹੜਾ ਦੋ ਦਿਨ ਦਾ ਸੋਸ਼ਲ ਮੀਡੀਆ ਦਾ ਪ੍ਰੈਸ਼ਰ, ਬਿਲਕੁਲ, ਜਿਹੜਾ ਲੋਕਾਂ ਦਾ ਦਬਾਅ ਬਣਿਆ, ਲੋਕ ਭਾਵਨਾਵਾਂ ਦਾ ਵੇਗ, ਹਾਂ, ਉਹਨਾਂ ਲਫ਼ਜ਼ ਇਹੋ ਵਰਤਿਆ ਜੀ ਕਿ ਮੈਂ ਕਿਸਾਨਾਂ ਦੀ ਤੇ ਪੰਜਾਬ ਦੀ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ। ਇਹਦਾ ਮਤਲਬ ਜਦ ਤੁਸੀਂ ਦੋ ਜਗ੍ਹਾ ਤੇ ਖੜੇ ਨੇ, ਉਹ ਇੱਕ ਉਹ ਲੋਕਾਂ ਦੇ ਨਾਲ ਖੜੇ ਨੇ, ਇੱਕ ਪੰਜਾਬ ਦੇ ਨਾਲ ਖੜੇ ਨੇ, ਇੱਕ ਕਿਸਾਨਾਂ ਨਾਲ ਖੜੇ ਨੇ ਜੀ। ਭੁਪਿੰਦਰ ਸਿੰਘ ਮਾਨ ਦਾ ਜਿਹੜਾ ਪ੍ਰੈਸ ਨੋਟ ਆ, ਬੜਾ ਵਾਕਿਆ ਸ਼ਬਦਾਂ ਦੀ ਚੋਣ ਬੜੀ ਗਹਿਰੀ ਆ ਜੀ, ਕਿ ਉਹਨਾਂ ਇਕੱਲਾ ਇਹ ਨਹੀਂ ਕਿਹਾ ਕਿ ਮੈਂ ਪੰਜਾਬ ਨਾਲ ਖੜਾ, ਉਹਨਾਂ ਇਕੱਲਾ ਇਹ ਨਹੀਂ ਕਿਹਾ ਮੈਂ ਲੋਕਾਂ ਨਾਲ ਖੜਾ, ਕਿ ਨਹੀਂ, ਕਿਸਾਨਾਂ ਦੀਆਂ ਭਾਵਨਾ ਨਾਲ ਖੜਾ ਮੈਂ। ਸਰਦਾਰ ਜੀ, ਹੋਰ ਦੂਜਾ ਬਦਲ ਕੀ ਹੈ? ਦੂਜਾ ਬਦਲ ਕੋਈ ਨਹੀਂ ਸੀ, ਜਦੋਂ ਤੁਹਾਡੇ ਕੋਲ ਰਸਤੇ ਨਾ ਬਚਦੇ ਹੋਣ, ਸਬਸਟੀਟਿਊਟ ਕੋਈ ਨਾ ਹੋ, ਜਦੋਂ ਤੁਹਾਨੂੰ ਇਸੇ ਹੀ ਸੋਸਾਇਟੀ ਚ ਰਹਿਣਾ ਹੈ ਤੇ ਸਰਵਾਈਵ ਕਰਨਾ ਹੈ, ਹਾਂ, ਫਿਰ ਤੁਹਾਡੇ ਸਾਹਮਣੇ ਸੋਸਾਇਟੀ ਨਾਲੋਂ ਵੱਖਰਾ ਦੂਜਾ ਰਾਹ ਨਹੀਂ ਹੁੰਦਾ ਜੀ। ਫਿਰ ਜਦੋਂ ਪੰਜਾਬ ਨਾਲ ਜੁੜਦੀ ਕੋਈ ਵੀ ਧਿਰ, ਜਿਹਨੂੰ ਤੁਸੀਂ ਕਹੋਗੇ ਧਾਰਮਿਕ, ਸਿਆਸੀ, ਸਮਾਜਿਕ, ਕੋਈ ਵੀ ਧਿਰ, ਹੁਣ ਸਿੰਗਰਸ ਦਾ ਜੋ ਤੁਸੀਂ ਦੇਖਿਆ, ਪੰਜਾਬ ਦੇ ਜਿਹੜੇ ਗਾਇਕ ਸੀ ਤੇ ਨਾਇਕ ਸੀ, ਉਹਨਾਂ ਸਾਰਿਆਂ ਨੇ ਇੱਕ ਤੋਂ ਵੱਧ ਵਾਰੀ ਹਾਜ਼ਰੀ ਲਵਾਈ, ਬਿਲਕੁਲ, ਹਰ ਬੰਦਾ ਹਰ ਦਿਨ ਨਜ਼ਰ ਆਉਣਾ ਚਾਹਿਆ, ਕੁਝ ਤਾਂ ਦਿਲੋਂ ਗੁਰਦੇ ਤੋਂ ਤੁਰਦੇ ਆ, ਤੇ ਕੁਝ ਲੋਕਾਂ ਨੂੰ ਪਤਾ ਕਿ ਜੇ ਇਹ ਜ਼ਮੀਨ ਨਾ ਰਹੀ ਤੇ ਜ਼ਮੀਨ ਨਾਇਕਤਵ ਵਾਲੀ ਵੀ ਨਹੀਂ ਰਹਿਣੀ। ਗੱਲ ਫਿਰ ਇੱਥੇ ਆ ਗਈ ਜੀ ਕਿ ਹੁਣ ਭੁਪਿੰਦਰ ਸਿੰਘ ਮਾਨ ਦੇ ਮਸਲੇ ਦੇ ਵਿੱਚ ਵੀ ਇਹ ਹੋਇਆ, ਉਹਨਾਂ ਕਿਹਾ ਕਿ ਇੱਥੇ ਜ਼ਮੀਨ ਗਈ, ਜਿਸ ਜ਼ਮੀਨ ਨੇ ਮੈਨੂੰ ਪੈਦਾ ਕਰਕੇ ਇਸ ਮੁਕਾਮ ਤੱਕ ਪਹੁੰਚਾਇਆ, ਜੇ ਇਹ ਜ਼ਮੀਨ ਵੀ ਖੁੱਸ ਗਈ ਜੀ ਤੇ ਫਿਰ ਹਵਾ ਦੇ ਵਿੱਚ ਕਿੰਨੇ ਦਿਨ ਵਿਚਰਨਾ। ਲੇਕਿਨ ਸਵਾਲ ਇਹ ਆ ਕਿ ਕੀ ਭੁਪਿੰਦਰ ਸਿੰਘ ਮਾਨ ਹੁਣ ਬਕਾਇਦਾ ਇਹ ਕਿਸਾਨੀ ਲਹਿਰ ਦੇ ਨਾਲ ਚੱਲ ਕੇ, ਜਿਸ ਤਰ੍ਹਾਂ ਜੇ ਕਿਤੇ ਕੱਲ ਨੂੰ ਸਰਕਾਰ ਜਿਹੜੀ ਆ ਉਹ ਆਪਣੇ ਮਾਹਿਰ ਸਾਹਮਣੇ ਲਿਆਉਂਦੀ ਆ, ਤੇ ਭੁਪਿੰਦਰ ਸਿੰਘ ਮਾਨ ਪਹਿਲਾਂ ਕਿਸਾਨੀ ਸੁਧਾਰਾਂ ਬਾਰੇ ਗੱਲ ਕਰਦੇ ਰਹੇ ਨੇ ਜੀ ਜੀ। ਮੈਂ ਇੱਕ ਵਾਰੀ ਟੀ ਪੀ ਸੈਣੀ ਜੀ ਲਗਾਤਾਰ ਸਾਨੂੰ ਇਹ ਕਹਿ ਰਹੇ ਆ,
ਅੱਜ ਸਰਦਾਰ ਬਲਬੀਰ ਸਿੰਘ ਰਾਜੇਵਾਲ ਦਾ ਇੱਕ ਆਰਟੀਕਲ ਵੱਖ ਵੱਖ ਅਖਬਾਰਾਂ ਚ ਛਪਦਾ ਹੈ। ਇਹਦੇ ਸੰਬੰਧੀ ਉਹਨਾਂ ਨੇ ਬੀਤੇ ਦਿਨ ਲੋਹੜੀ ਵਾਲੇ ਦਿਨ ਸਿੰਘੂ ਦੀ ਸਟੇਜ ਦੇ ਉੱਤੋਂ ਜ਼ਬਰਦਸਤ ਭਾਸ਼ਣ ਦਿੱਤਾ ਸੀਗਾ, ਉਹਦੇ ਵਿੱਚ ਉਹਨਾਂ ਦੇ ਫਿਕਰ ਸ਼ਾਮਿਲ ਸੀ। ਲੇਕਿਨ ਇਹ ਦੋ ਫਿਕਰ ਅਲੱਗ ਅਲੱਗ ਤਰ੍ਹਾਂ ਦੇ ਨੇ। ਇੱਕ ਫਿਕਰ ਇੱਕ ਵੱਡੀ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਗੁਰਨਾਮ ਸਿੰਘ ਚਡੂਣੀ ਦਾ, ਉਹ ਕਹਿੰਦੇ ਆ ਕਿ ਜੇਕਰ ਬੈਰੀਕੇਡ ਨਹੀਂ ਟੱਪਣੇ ਬਿਲਕੁਲ ਤੇ ਫਿਰ ਟਰੈਕਟਰ ਧੂਫ ਦੇਣ ਲਈ ਲਿਆਉਣੇ ਆ। ਹਾਂ, ਇਹ ਸਵਾਲ ਹੈ, ਸਵਾਲ ਵੀ ਟਰੈਕਟਰਾਂ ਨੂੰ ਧੂਫ ਦੇਣ ਲਈ ਸੱਦਣਾ ਹੈ ਜੇ ਬੈਰੀਕੇਡ ਹੀ ਨਹੀਂ ਟੱਪਣੇ, ਲੰਘਣੇ, ਤੋੜਨੇ, ਸੋ ਇਹ ਸਵਾਲ ਆ। ਲੇਕਿਨ ਦੂਜੇ ਬੰਨੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਕਹਿੰਦੇ ਆ ਕਿ ਸਾਡੇ ਹੀ ਇੱਕ ਆਗੂ ਪਾਰਲੀਮੈਂਟ ਵੱਲ ਜਾਣ ਦੀਆਂ ਗੱਲਾਂ ਕਰਦੇ, ਘੇਰਨ ਦੀਆਂ ਗੱਲਾਂ ਕਰਦੇ ਆ, ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਦੱਸੋ ਕਿਸ ਦਿਨ ਫੈਸਲਾ ਕਿਹੜੀ ਮੀਟਿੰਗ ਚ ਹੋਇਆ ਸੀ। ਦੇਖੋ, ਕਿਉਂਕਿ ਬਹੁਤ ਵੱਡਾ ਘੋਲ ਹੈ, ਪੰਜਾਬੀਅਤ ਨਾਲ ਜੁੜਿਆ, ਕਿਸਾਨੀ ਨਾਲ ਜੁੜਿਆ, ਸਾਡੀ ਸਾਰ ਆ ਗਿਆ, ਸਾਡਾ ਰੋਟੀ ਪਾਣੀ ਹੈ, ਇਹਦੇ ਉੱਤੇ ਅਸੀਂ ਜ਼ਿਆਦਾ ਟਿੱਪਣੀ ਨਹੀਂ ਕਰ ਸਕਦੇ। ਲੇਕਿਨ ਵਿਚਾਰਧਾਰਕ ਵਖਰੇਵੇਂ, ਸੋਚ ਦਾ ਫਰਕ ਹੋਣਾ, ਟਕਰਾਅ ਦੀ ਸਥਿਤੀ ਬਣਨਾ, ਕਿਵੇਂ ਵੀ ਈਗੋ ਦੇ ਉੱਤੇ ਆਉਣਾ, ਕਿਵੇਂ ਵੀ ਇਸ ਅੰਦੋਲਨ ਲਈ ਠੀਕ ਨਹੀਂ। ਦੋ ਵੱਡੇ ਨਾਂ ਨੇ, ਇੱਕ ਸੰਘਰਸ਼ ਦੇ ਵਿੱਚ ਸਭ ਤੋਂ ਖਾੜਕੂ ਨਜ਼ਰ ਆਇਆ ਗੁਰਨਾਮ ਸਿੰਘ ਚਡੂਣੀ, ਹਰ ਲਿਹਾਜ਼ ਨਾਲ, ਅੰਬਾਲੇ ਦੇ ਬੈਰੀਕੇਡ ਉਲੰਘਣ ਤੋਂ ਲੈ ਕੇ ਪਹਿਲੇ ਜਥੇ ਦੀ ਅਗਵਾਈ ਕਰਨ ਤੋਂ ਲੈ ਕੇ ਹੁਣ ਤੱਕ ਹਰਿਆਣੇ ਦੇ ਮੁੱਖ ਮੰਤਰੀ ਨੂੰ ਲੋਹੇ ਦੇ ਚਣੇ ਚਬਾਉਣ ਵਾਲੀ ਗੱਲ, ਇਹ ਪੁਰਾਣੀ ਕਹਾਵਤ। ਸਿੱਧਾ ਕਹੋ ਵੀ ਜਿਹਦੀ ਨਾ ਸਟੇਜ ਲੱਗਣ ਦਿੱਤੀ, ਨਾ ਹੈਲੀਪੈਡ ਰਹਿਣ ਤਾ, ਔਰ ਜੋ ਸਰਕਾਰ ਨਾਲ ਉਸ ਬੰਦੇ ਨੇ ਸਿੱਧਾ ਫਾ ਲਿਆ, ਉਹਦੀ ਅੰਦਰ ਜਜ਼ਬਾ ਹੈ, ਉਹਦੀਆਂ ਰਗਾਂ ਚ ਜਿਹੜਾ ਖੂਨ ਹੈ ਦੌੜਦਾ ਨਾ, ਉਹ ਮੈਨੂੰ ਇੰਜ ਲੱਗਦਾ ਹੈ ਕਿ ਉਹ ਅੰਦੋਲਨ ਦੀ ਸਹੀ ਰੂਹ ਜਿਹੜੀ ਹੈ ਉਸ ਨਜ਼ਰੀਏ ਤੋਂ ਚੱਲ ਰਿਹਾ। ਲੇਕਿਨ ਅਸੀਂ ਐਪਰੀਸ਼ੀਏਟ ਕਿਸੇ ਵੀ ਤਰ੍ਹਾਂ ਦੇ ਹਿੰਸਾ ਨੂੰ ਨਹੀਂ ਕਰਦੇ, ਅਸੀਂ ਐਪਰੀਸ਼ੀਏਟ ਨਹੀਂ ਕਰਦੇ ਕਿ ਉਹਨਾਂ ਦੀ ਹਰ ਐਕਟੀਵਿਟੀ ਜਾਇਜ਼ ਆ। ਲੇਕਿਨ ਜਿਹੜੇ ਸਵਾਲ ਉਹਨਾਂ ਨੇ ਉਠਾਏ ਆ ਕਿ ਕੀ ਸਾਨੂੰ 26 ਤਰੀਕ ਦੇ ਪ੍ਰੋਗਰਾਮ ਸਮਾਂ ਰਹਿੰਦਿਆਂ ਉਲੀਕ ਨਹੀਂ ਲੈਣੇ ਚਾਹੀਦੇ, ਸਾਨੂੰ ਰੂਟ ਨਹੀਂ ਆਪਣੇ ਫਾਈਨਲ ਕਰ ਲੈਣੇ ਚਾਹੀਦੇ, ਸਾਨੂੰ ਕਰਨਾ ਕੀ ਆ, ਸਾਡੀ ਤਾਂ ਇਹਦੇ ਉੱਤੇ ਸਹਿਮਤੀ ਨਹੀਂ ਬਣ ਰਹੀ, ਇਹ ਉਹਨਾਂ ਦੇ ਕੁਝ ਸਵਾਲ ਆ, ਉਹਨਾਂ ਦੇ ਸਵਾਲ ਵੀ ਐਡਰੈਸ ਹੋਣੇ ਚਾਹੀਦੇ ਆ। ਲੇਕਿਨ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਕਿ ਅਸੀਂ ਲੋਕਾਂ ਦੇ ਪੁੱਤ ਮਰਵਾਉਣ ਲਈ ਨਹੀਂ ਆਏ, ਅਸੀਂ ਕਿਸੇ ਨੂੰ ਬਿਨਾਂ ਇੱਕ ਝਰੀਟ ਆਇਆ ਇੱਥੋਂ ਜਿੱਤ ਕੇ ਜਾਣਾ, ਉਹਨਾਂ ਦੀ ਭਾਵਨਾਵਾਂ ਹੀ ਬੜੀ ਸ਼ੁੱਧ ਹੈ। ਸਵਾਲ ਤਾਂ ਇਹ ਹੈ ਕਿ ਇਹ ਜਿਹੜੇ ਆਪਸੀ ਵਿਰੋਧ ਨੇ, ਜਿਹੜੇ ਪਰਸਪਰ ਵਿਚਾਰਧਾਰਕ ਵਖਰੇਵੇਂ ਆ, ਕੀ ਇਹਨਾਂ ਨੂੰ ਤੁਸੀਂ ਟੇਬਲ ਤੇ ਹੱਲ ਨਹੀਂ ਕਰ ਸਕਦੇ? ਤੁਸੀਂ 30 ਜਥੇਬੰਦੀਆਂ 32 ਜਥੇਬੰਦੀਆਂ ਦਾ ਹਿੱਸਾ ਹੋ, ਤੁਸੀਂ ਸਿਆਣੇ ਲੋਕ ਹੋ, ਤੁਹਾਡੇ ਪਿੱਛੇ ਵੇਗ ਆ ਜਜ਼ਬਾਤਾਂ ਦਾ, ਤੁਹਾਡੇ ਪਿੱਛੇ ਲੋਕਾਂ ਦਾ ਹੜ ਆ, ਕੀ ਤੁਸੀਂ ਇਹਨਾਂ ਗੱਲਾਂ ਨੂੰ ਕੈਮਰਿਆਂ ਮੂਹਰੇ ਜਾਂ ਸਟੇਜਾਂ ਤੋਂ ਕਰਦੇ ਚੰਗੇ ਲੱਗਦੇ ਹੋ? ਇਹ ਵੱਡਾ ਸਵਾਲ ਆ, ਇਹ ਵੀ ਇੱਕ ਫਸਿਆ ਹੋਇਆ ਸਵਾਲ ਆ। ਮੈਂ ਕਰਨਾ ਨਹੀਂ ਸੀ ਚਾਹੁੰਦਾ, ਲੇਕਿਨ ਸੈਣੀ ਸਾਹਿਬ ਕਹਿ ਰਹੇ ਸੀਗੇ ਕਿ ਤੁਸੀਂ ਉਹ ਗੱਲ ਕਿਉਂ ਨਹੀਂ ਕਰ ਰਹੇ। ਵਾਕਈ ਇਹ ਬਹੁਤ ਵੱਡਾ ਮਸਲਾ ਹੈ ਜਿੱਤੇ ਮੱਥਾ ਬੱਚੀ ਹੋਣੀ ਚਾਹੀਦੀ। ਦੇਖੋ, ਸਭ ਤੋਂ ਪਹਿਲੀ ਗੱਲ ਇਹ ਆ ਕਿ ਅਗਰ ਇਹ ਪੰਜਾਬ ਤੋਂ ਜਿਹੜੀ ਲਹਿਰ ਤੁਰੀ ਆ ਜੀ ਕਿਸਾਨੀ ਹੱਕਾਂ ਲਈ, ਇਹਨੂੰ ਸ਼ੰਭੂ ਬੈਰੀਅਰ ਤੋਂ ਲੈ ਕੇ ਸਿੰਘੂ ਬਾਰਡਰ ਤੱਕ ਪਹੁੰਚਾਉਣ ਲਈ ਚੜੂਨੀ ਸਾਹਿਬ ਨੇ, ਚੜੂਨੀ ਸਾਹਿਬ ਦਾ ਜੋਸ਼ ਆ, ਉਹਨਾਂ ਦੀ ਅਗਵਾਈ ਆ। ਹੁਣ ਸਿੰਘੂ ਬਾਰਡਰ 'ਤੇ ਪਹੁੰਚ ਕੇ ਅੱਗੇ ਰਣਨੀਤੀ ਤੈਅ ਕਰਨ ਵਾਲੇ ਕਿੰਨੇ ਲੋਕ ਨੇ, ਉਹਨਾਂ ਦੀ ਗਿਣਤੀ ਜਿਹੜੀ ਸ਼ਾਇਦ ਪੰਜਾਬ ਵਿੱਚ ਹੁੰਦਿਆਂ 40 ਕਦੇ ਵੀ ਨਹੀਂ ਸੀ ਹੈ। ਜਦੋਂ ਪੰਜਾਬ ਤੋਂ ਇਹ ਲਹਿਰ ਚੱਲਦੀ ਹੈ, ਉਸ ਵੇਲੇ ਕਿਸੇ ਨੇ ਨਹੀਂ ਗੱਲ ਕੀਤੀ ਕਿ ਸਾਡੇ ਕੋਲ 30 ਜਥੇਬੰਦੀਆਂ ਨੇ, ਸਾਡੇ ਕੋਲ 31 ਜਥੇਬੰਦੀਆਂ ਨੇ, ਸਾਡੇ ਕੋਲ 32 ਨੇ, ਵਖਰੇਵੇਂ ਰਹੇ ਨੇ ਜੀ। ਲੇਕਿਨ ਜਦੋਂ ਇਹ ਗੱਲ ਹਰਿਆਣੇ ਦੇ ਬੈਰੀਅਰ ਤੋੜ ਕੇ ਗਾਂਹ ਲੰਘਣ ਦੀ ਆਈ ਆ ਜੀ, ਤੇ ਉਸ ਵੇਲੇ ਇਹ ਜਵਾਬ ਰਾਜੇਵਾਲ ਸਾਹਿਬ ਤੋਂ ਬਿਹਤਰ ਮੰਗ ਲੈਣਾ ਚਾਹੀਦਾ, ਦੇਣਾ ਵੀ ਬਣਦਾ। ਕੀ ਉਸ ਵੇਲੇ ਫੈਸਲਾ ਕੀਤਾ ਗਿਆ ਸੀ ਕਿਸੇ ਕਮੇਟੀ ਚ ਬੈਠ ਕੇ ਕਿ ਇਹ ਬੈਰੀਕੇਡ ਤੋੜਨੇ ਨੇ ਜਾਂ ਨਹੀਂ ਤੋੜਨੇ? ਸਰਦਾਰ ਸਾਹਿਬ, ਵੱਡਾ ਸਵਾਲ ਹੈ। ਜਦੋਂ ਸੁਪਰੀਮ ਕੋਰਟ ਇਹ ਕਹਿ ਦੇ ਕਿ ਇਹਨਾਂ ਦਾ ਰਾਈਟ ਹੈ, ਸੰਵਿਧਾਨਕ ਹੱਕ ਹੈ ਬਿਲਕੁਲ ਅੰਦੋਲਨ ਕਰਨਾ, ਅਸੀਂ ਨਹੀਂ ਰੋਕ ਸਕਦੇ, ਸਹੀ ਗੱਲ, ਇਹਦਾ ਮਤਲਬ ਜਿਹੜੇ ਲੋਕਾਂ ਨੇ ਬੈਰੀਕੇਡਿੰਗ ਉਲੰਘੀ ਆ ਜੀ, ਬਿਨਾਂ ਹੱਥ ਚੁੱਕਿਆ, ਹਾਂ, ਬਿਨਾਂ ਵਾਇਲੈਂਸ ਕੀਤਿਆਂ, ਸਹੀ ਗੱਲ, ਜਿਨ੍ਹਾਂ ਨੇ ਬੈਰੀਕੇਡ ਉਲੰਘੇ ਆ, ਉਹ ਆਪਣੀ ਰਾਜਧਾਨੀ ਨੂੰ ਜਾ ਰਹੇ ਆ, ਉਹਨਾਂ ਦਾ ਆਪਣੇ ਹੱਕਾਂ ਲਈ ਜਾ ਰਹੇ ਨੇ, ਉਹਨਾਂ ਨੇ ਸਰਕਾਰੀ ਸੰਪਤੀ ਦਾ ਨੁਕਸਾਨ ਨਹੀਂ ਕੀਤਾ ਬਿਲਕੁਲ, ਉਹਨਾਂ ਨੇ ਕਿਸੇ ਪੁਲਿਸ ਵਾਲੇ ਨੂੰ ਮੰਦਾ ਚੰਗਾ ਨਹੀਂ ਕਿਹਾ ਬਿਲਕੁਲ, ਉਹਨਾਂ ਨੇ ਠੰਡਾ ਪਾਣੀ, ਗੰਦਾ ਪਾਣੀ ਝੱਲਿਆ ਜੀ, ਉਹਨਾਂ ਨੇ ਅਥਰੂ ਗੈਸ ਝੱਲੀ, ਉਹਦੇ ਵਿੱਚ ਵੀ ਮੀਡੀਆ ਵਾਲੇ ਵੀ ਸ਼ਾਮਿਲ, ਸਹੀ ਗੱਲ ਹੈ, ਉੱਥੇ ਉਹਨਾਂ ਨੇ ਹਰ ਤਰ੍ਹਾਂ ਦੀ ਪਾਬੰਦੀ ਸਹੀ ਜੀ। ਲੇਕਿਨ ਜਿਹੜਾ
ਸੰਵਿਧਾਨਕ ਰਾਈਟ ਹੈ ਉਹ ਉਹਨੂੰ ਪਾਲਦਿਆਂ ਅੱਗੇ ਵਧੇ। ਮੈਨੂੰ ਲੱਗਦਾ ਹੈ ਕਿ ਚਡੋਣੀ ਦੇ ਉਸ ਜਜ਼ਬੇ ਨੇ ਸਾਰਿਆਂ ਨੂੰ ਰਾਹ ਦਿਖਾਇਆ। ਸਹੀ ਗੱਲ, ਜਿਨ੍ਹਾਂ ਨੇ ਉਲੰਘਣਾ ਕੀਤੀ ਉਹਨਾਂ ਤੇ ਪਰਚੇ ਹੋਏ ਹੋਣ। ਸਹੀ ਗੱਲ, ਕਿਉਂਕਿ ਕਦੇ ਵੀ ਗਵਰਨਮੈਂਟ ਕਿਸੇ ਨੂੰ ਮਾਫ਼ ਨਹੀਂ ਕਰਦੀ। ਸਹੀ ਗੱਲ। ਹੁਣ ਸਰਦਾਰ ਸਾਹਿਬ ਇਹ ਗੱਲ ਆ ਕਿ ਜਦੋਂ ਤੁਸੀਂ ਕੋਈ ਸੰਵਿਧਾਨਕ ਤਰੀਕੇ ਨਾਲ ਕੋਈ ਪ੍ਰੋਗਰਾਮ ਉਲੀਕਦੇ ਹੋ, ਸੁਪਰੀਮ ਕੋਰਟ ਨੇ ਕਿਹਾ ਕਿ ਇਹ ਜਿਹੜੇ ਆ ਇਹ ਕਿਉਂ ਉੱਥੇ ਬੈਠੇ ਆ ਜਾਂ ਕੋਈ ਇਸ ਤਰ੍ਹਾਂ ਦੀ ਗੱਲ, ਤੇ ਵਕੀਲ ਨੇ ਕਿਹਾ ਕਿ ਅਸੀਂ ਤਾਂ ਬਹਿਣ ਲਈ ਆਏ ਨੀ, ਅਸੀਂ ਬਹਿਣ ਲਈ, ਅਸੀਂ ਰਸਤੇ ਰੋਕਣ ਲਈ ਆਏ ਨਹੀਂ ਸੀ, ਅਸੀਂ ਤਾਂ ਰਾਮਲੀਲਾ ਮੈਦਾਨ ਰਾਮਲੀਲਾ ਗਰਾਊਂਡ। ਬੈਰੀਕੇਡਿੰਗ ਤਾਂ ਪੁਲਿਸ ਨੇ ਕੀਤੀ ਹੈ, ਪਹਿਲਾਂ ਹਰਿਆਣੇ ਪੁਲਿਸ ਨੇ, ਹੁਣ ਦਿੱਲੀ ਪੁਲਿਸ ਨੇ। ਸੋ ਸਵਾਲ ਇਹ ਆ ਕਿ ਜਦੋਂ ਉਹ ਬੈਰੀਕੇਡਿੰਗ ਹੋ ਗਈ, ਹੁਣ ਵੀ ਹੋਈ ਪਈ ਹੈ, ਬਿਲਕੁਲ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਸ਼ਾਂਤਮਈ ਅੰਦੋਲਨ ਕਰ ਸਕਦੇ, ਇਹਨਾਂ ਦਾ ਰਾਈਟ ਕਰ ਸਕਦੇ, ਫਿਰ ਕੋਈ ਐਸੀ ਸਥਿਤੀ ਉਲੀਕਣੀ ਇਹਨਾਂ ਦੀ ਡਿਊਟੀ ਹੈ, ਲੇਕਿਨ ਉਹਨੂੰ ਤੁਸੀਂ ਤੰਬੂ ਦੇ ਅੰਦਰ, ਉਹਨੂੰ ਪਰਦੇ ਦੇ ਅੰਦਰ ਮੀਟਿੰਗ ਦੇ ਦੌਰਾਨ ਕਰੋ, ਬਾਹਰ ਆਉਣ ਵਾਲੀ ਗੱਲ ਜਿਹੜੀ ਇਹਨਾਂ ਦੇ ਅਧਿਕਾਰ ਤੋਂ ਬੁਲਾਰੇ ਸਿਰਫ ਉਹੀ ਕਰਨ। ਹੁਣ ਮੈਂ ਫਿਰ ਵਾਪਸ ਆ ਜਾ, ਜਦੋਂ ਭੁਪਿੰਦਰ ਸਿੰਘ ਮਾਨ ਇਸ ਕਮੇਟੀ ਤੋਂ ਬਾਹਰ ਆ ਜਾਂਦੇ, ਤੁਹਾਡੀ ਲੜਾਈ ਲਗਭਗ 20% ਹੋਰ ਮਜ਼ਬੂਤੀ ਨਾਲ ਦਿੱਤੀ, ਮਜ਼ਬੂਤ ਹੋ ਗਈ। ਸੁਪਰੀਮ ਕੋਰਟ ਦਾ ਲਿਆ ਫੈਸਲਾ ਇੱਕ ਬੰਦਾ ਸਵੈ ਇੱਛਾ ਨਾਲ ਠੁਕਰਾ ਦਿੰਦਾ। ਤੁਸੀਂ ਵਾਰ ਵਾਰ ਕਹਿ ਰਹੇ ਹੋ ਕਿ ਅਸੀਂ ਸੁਪਰੀਮ ਕੋਰਟ 'ਚ ਗਏ ਨਹੀਂ ਜੀ, ਕਿਸਾਨ ਆਗੂ ਅਜੇ ਵੀ ਕਹਿ ਰਹੇ ਸੀ ਕਿ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਉਹ ਇੱਕ ਪਾਸੜ ਫੈਸਲਾ ਜੀ, ਕਿਉਂਕਿ ਅਸੀਂ ਤੇ ਸੁਪਰੀਮ ਕੋਰਟ ਗਏ ਨਹੀਂ, ਸਰਕਾਰ ਨੇ ਆਪਣੇ ਬੰਦੇ ਖੜੇ ਕਰਕੇ ਉਹਨਾਂ ਤੋਂ ਪਟੀਸ਼ਨਾਂ ਪਵਾਈਆਂ, ਔਰ ਉਸ ਉਹਨਾਂ ਪਟੀਸ਼ਨਾਂ ਦੇ ਵਿੱਚੋਂ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਇਆ। ਹੁਣ ਉਸ ਫੈਸਲੇ ਨੂੰ ਜਦੋਂ ਤੁਸੀਂ ਮੰਨਣ ਨੂੰ ਤਿਆਰ ਨਹੀਂ ਹੋ ਜੀ, ਕੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਾ ਮੰਨਣਾ ਕੋਈ ਘੱਟ ਗੁਨਾਹ ਆ? ਇਹ ਵੀ ਸਵਾਲ ਜੀ, ਇਹ ਅਦਾਲਤਾਂ ਵੀ ਪੁੱਛ ਸਕਦੀਆਂ ਨੇ, ਜਿਹੜੇ ਵਕਾਲਤ ਪੇਸ਼ੇ ਨਾਲ ਜੁੜੇ ਲੋਕ ਨੇ ਉਹ ਵੀ ਜਾਣਦੇ ਨੇ ਵੀ ਇਹਦੀ ਕੀਮਤ ਕੀ ਆ। ਲੇਕਿਨ ਜਦੋਂ ਇੱਕ ਸ਼ਖਸ ਜਿਹਨੂੰ ਸੁਪਰੀਮ ਕੋਰਟ ਕਹਿੰਦੀ ਕਿ ਤੂੰ ਸਾਡਾ ਮੈਂਬਰ ਆ, ਸਾਡਾ ਹੀ ਵੱਲੋਂ ਆ, ਉਹ ਕਹਿੰਦਾ ਮੈਂ ਨਹੀਂ ਮੰਨਦਾ, ਮੈਂ ਇਹਨਾਂ ਲੋਕਾਂ ਨਾਲ। ਇਤਿਹਾਸ ਰਿਹਾ ਬੜੀ ਵਾਰੀ ਜਿਸ ਬੈਂਚ ਮੂਹਰੇ ਸੁਣਵਾਈ ਲਈ ਕੋਈ ਮਸਲਾ ਜਾਂਦਾ ਜੀ, ਉਹਦੇ ਕਈ ਜੱਜ ਇਹ ਕਹਿ ਕੇ ਵੱਖ ਹੋ ਜਾਂਦੇ ਆ ਕਿ ਮੈਂ ਨਿੱਜੀ ਤੌਰ ਤੇ ਇਹਦੇ ਚ ਨਹੀਂ ਰਹਿਣਾ ਚਾਹੁੰਦਾ, ਮੈਂ ਇਸ ਮਸਲੇ ਨਾਲ ਜੁੜਿਆ ਹੋਇਆ। ਭੁਪਿੰਦਰ ਸਿੰਘ ਮਾਨ ਦਾ ਇਹ ਕਹਿਣਾ ਕਿ ਉਹ ਕਿਸਾਨ ਜਥੇਬੰਦੀ ਦੇ ਆਗੂ ਨੇ, ਭੁਪਿੰਦਰ ਸਿੰਘ ਮਾਨ ਦਾ ਇਹ ਕਹਿਣਾ ਕਿ ਉਸ ਮੁਆਸ਼ਰੇ ਚ ਆਉਂਦੇ ਜਿਹਦੇ ਬਹੁ ਗਿਣਤੀ ਲੋਕ ਸੜਕਾਂ ਤੇ ਨੇ, ਉਹ ਕਹਿੰਦਾ ਮੈਂ ਪੰਜਾਬ ਨਾਲ ਹਾਂ। ਹਾਂ, ਸੋ ਮੈਨੂੰ ਇੰਝ ਲੱਗਦਾ ਹੈ ਕਿ ਭੁਪਿੰਦਰ ਸਿੰਘ ਮਾਨ ਦਾ ਉਸ ਰਵਾਇਤ ਦੀ ਪਾਲਣਾ ਕਰਨਾ ਜਿਹਦਾ ਕਈ ਜੱਜ ਪਹਿਲਾਂ ਕਰ ਚੁੱਕੇ, ਬਿਲਕੁਲ, ਜਿਹੜਾ ਸਵੈ ਇੱਛਾ ਨਾਲ ਬੈਂਚਸ ਤੋਂ ਪਾਸੇ ਹੋ ਜਾਂਦੇ। ਸੋ ਮੈਨੂੰ ਲੱਗਦਾ ਹੈ ਕਿ ਜੇਕਰ ਅਜੇ ਵੀ ਕੁਝ ਐਫਰਟਸ ਲੱਗਣ, ਕਿਉਂਕਿ ਕਿਸਾਨਾਂ ਨੂੰ ਦੋ ਮੋਰਚਿਆਂ ਤੇ ਚੱਲਣਾ ਪੈਣਾ, ਸਹੀ ਗੱਲ ਹੈ, ਇੱਕ ਮੋਰਚਾ ਅੰਦੋਲਨ ਦਾ ਮੋਰਚਾ, ਦੂਜਾ ਮੋਰਚਾ ਜਿਹੜਾ ਮੋਰਚਾ ਤੁਸੀਂ ਹਮਖਿਆਲ ਜਾਂ ਜਿਹੜੇ ਵਿਰੋਧੀ ਖਿਆਲ ਵਾਲੇ ਉਹਨਾਂ ਨੂੰ ਹਮਖਿਆਲ ਕਰਨਾ, ਸਿਆਸੀ ਧਿਰਾਂ ਵੱਧ ਤੋਂ ਵੱਧ ਤੁਸੀਂ ਨਾਲ ਜੋੜ ਸਕਦੇ ਹੋ, ਤੁਸੀਂ ਇੱਕ ਵਫਦ ਬਣਾ ਕੇ ਦੇਸ਼ ਦੇ ਵੱਡੇ ਅਖਬਾਰ ਸਮੂਹਾਂ ਨੂੰ, ਦੇਸ਼ ਦੇ ਵੱਡੇ ਪੋਲੀਟੀਸ਼ੀਅਨਸ ਨੂੰ, ਦੇਸ਼ ਦੇ ਵੱਡੇ ਉਦਯੋਗਪਤੀ ਜਿਹੜੇ ਸਿਆਸਤਦਾਨ ਜਿਹੜੇ ਦੂਸਰੀਆਂ ਸਟੇਟਾਂ ਦੇ, ਤੁਸੀਂ ਉਹਨਾਂ ਨਾਲ ਰਾਬਤਾ ਕਾਇਮ ਕਰੋ, ਮਤਲਬ ਜਿਹੜੇ ਸੱਤਾਧਾਰੀ ਧਿਰ ਦੇ ਖਿਲਾਫ ਭੁਗਤਣ ਵਾਲੇ ਆ ਜਾਂ ਉਹਨਾਂ ਨਾਲ ਰਾਈਵਲਰੀ ਚ ਆ, ਸ਼ਰੀਕੇਬਾਜ਼ੀ ਚ ਆ, ਬਿਲਕੁਲ, ਉਹਨਾਂ ਤੱਕ ਪਹੁੰਚਣ ਲਈ ਤੁਹਾਡਾ ਇੱਕ ਵਫਦ ਤਿਆਰ ਬਰ ਤਿਆਰ ਰਹਿਣਾ ਚਾਹੀਦਾ। ਤੁਸੀਂ ਭੁਪਿੰਦਰ ਸਿੰਘ ਮਾਨ, ਇਹ ਵੀ ਇੱਥੇ ਵੀ ਸਵਾਲ ਉੱਠੂਗਾ ਕਿ ਜਦੋਂ ਭੁਪਿੰਦਰ ਸਿੰਘ ਮਾਨ ਦਾ ਨਾਂ ਆ ਗਿਆ ਸੀ, ਉਸੇ ਵੇਲੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇੱਕ ਟੀਮ ਉਹਨਾਂ ਦੇ ਘਰ ਪਹੁੰਚਦੀ, ਸਹੀ ਗੱਲ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਨਾਲ ਨਾ ਜਾਓ, ਤੁਸੀਂ ਸਾਡੇ ਵੱਲ ਆਓ, ਬਾਕੀ 3 ਮੈਂਬਰ ਜਿਹੜੇ ਆ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੀਦੀ ਆ। ਸੋ ਸਵਾਲ ਇਹ ਆ ਕਿ ਸੁਪਰੀਮ ਕੋਰਟ ਇਸ ਮਾਮਲੇ 'ਚ ਉਹ ਨਿਰਪੱਖ ਲੋਕਾਂ ਦੀ ਕਮੇਟੀ ਬਣਾ ਦੇ ਜਿਹੜੀਆਂ ਕਦੇ ਸਰਕਾਰੀ ਧਿਰ ਜਾਂ ਕਿਸਾਨੀ ਧਿਰਾਂ ਦੇ ਨਾਲ ਖਲੋਤੀਆਂ ਨਜ਼ਰ ਨਾ ਆਉਣ। ਅਸੀਂ ਨਹੀਂ ਕਹਿੰਦੇ ਕਿ ਕਿਸਾਨਾਂ ਦੇ ਹੱਕ ਵਾਲੇ ਬੰਦੇ ਦਿਓ, ਤੁਸੀਂ ਉਹ ਬੰਦੇ ਦਿਓ ਜਿਨ੍ਹਾਂ ਦੀ ਪਹੁੰਚ, ਜਿਨ੍ਹਾਂ ਦਾ ਨਜ਼ਰੀਆ, ਜਿਨ੍ਹਾਂ ਦੀ ਸਮਝ ਇਹ ਖੇਤੀ ਮਾਮਲਿਆਂ 'ਚ ਦੂਜਿਆਂ ਨਾਲੋਂ ਸਭ ਤੋਂ ਬਿਹਤਰ ਆ। ਏਡੇ ਵੱਡੇ ਮਸਲੇ 'ਚ ਸਰਦਾਰ ਸਾਹਿਬ, ਏਡੇ ਵੱਡੇ ਮਸਲੇ 'ਚ ਤੁਹਾਨੂੰ ਖੇਤੀ ਦੇ ਸਭ ਤੋਂ ਸਿਖਰਲੇ ਮਾਹਿਰ ਦੇਣੇ ਚਾਹੀਦੇ। ਬਿਲਕੁਲ, ਜਦੋਂ ਸਿਖਰਲਾ ਮਾਹਿਰ, ਆਖਿਰਕਾਰ ਦੋ ਲਫ਼ਜ਼ ਨੇ, ਇੱਕ ਬਾਹਰ ਸੂਖ ਹੈ ਜੀ, ਇੱਕ ਲਿਆਕਤ ਹੈ। ਜਦੋਂ ਭੁਪਿੰਦਰ ਸਿੰਘ ਮਾਨ ਦੋਨਾਂ ਚੀਜ਼ਾਂ 'ਤੇ ਖਰੇ ਉਤਰਦੇ ਸੀ, ਉਹ ਅੱਜ ਵੀ ਬਾਹਰ ਸੂਖ ਨੇ। ਇਹੋ ਜਿਹੇ ਸ਼ਖਸ ਨੂੰ ਤੁਸੀਂ ਪਹਿਲਾਂ ਕਿਸ ਨਾਲ ਅਪਰੋਚ ਕੀਤੀ ਜੀ? ਜੇ ਇਹੋ ਤੁਸੀਂ ਜਾ ਚਲੇ ਜਾਂਦੇ ਉਹਨਾਂ ਕੋਲ, 3 ਮੈਂਬਰ 4 ਮੈਂਬਰ, ਤੇ ਉਹ ਆਪਣਾ ਵਾਪਸ ਲੈ ਲੈਂਦੇ ਨਾ, ਤੇ ਫਿਰ ਇਹਦਾ ਜਿਹੜਾ ਵਾਪਸੀ ਦਾ ਰੁਤਬਾ, ਜਿਹੜੀ ਸੁੰਦਰਤਾ, ਹੋਰ ਜ਼ਿਆਦਾ ਖੂਬਸੂਰਤ ਹੋਣੀ ਸੀ। ਬਿਲਕੁਲ ਠੀਕ ਹੈ, ਲੇਕਿਨ ਹੁਣ ਕਾਰਨ ਕੀ ਆ ਕਿ ਜਿਹੜੀ ਇਹ ਇਹਨਾਂ ਦੀ ਲੀਡਰਾਂ ਦੀ ਆਪਸ ਵਿੱਚ ਵਿਚਾਰ ਧਾਰਕ ਵੱਖਰੇ ਮਾਇਆ, ਜਿਹੜਾ ਇਹ ਆ ਕਿ ਜਿਹੜਾ ਪੰਜਾਬੀ ਜਿੱਦਾਂ ਕਹਿੰਦੇ ਕਿ ਜਿਹਦੇ ਹੱਥ ਮਾਈਕ ਆ ਗਿਆ ਉਹ ਬੋਲਣਾ ਸ਼ੁਰੂ ਕਰ ਦਿੰਦਾ ਜੀ, ਸਿੱਧਾ ਜਿਹਾ ਸ਼ਬਦ ਆ ਕਿ ਠੀਕ ਹੈ, ਲੋਕਾਂ ਨੇ ਤੁਹਾਨੂੰ ਤਾਕਤ ਦਿੱਤੀ ਆ,
ਰਾਜੇਵਾਲ ਸਾਹਿਬ ਆਪ ਕਹਿਣ ਡੇ ਵੀ ਅਸੀਂ ਕਈਆਂ ਨੂੰ ਚੜ੍ਹਨ ਨਹੀਂ ਦਿੱਤਾ ਉੱਤੇ, ਆਪ ਕਹਿਣ ਡੇ ਨੇ, ਕਿਸੇ ਨੇ ਆਹ ਕਿਹਾ, ਕਿਸੇ ਨੇ ਆਹ ਕਿਹਾ, ਕੋਈ ਇੰਜ ਕਰ ਰਿਹਾ, ਕੋਈ ਇੰਜ ਕਰ ਰਿਹਾ। ਅਸੀਂ ਸਭ ਕੁਛ ਮੰਨਦੇ ਹਾਂ ਕਿ ਤੁਹਾਡਾ ਜਾਪਤਾ ਆ, ਤੁਹਾਡੇ ਇਸ ਸਵੈ ਜਾਪਤੇ ਦੇ ਅਸੀਂ ਹਾਮੀ ਰਹੇ ਹਾਂ ਕਿ ਤੁਸੀਂ ਸ਼ਾਂਤੀ ਬਣਾਈ ਰੱਖੀ, ਤੁਸੀਂ ਸਵੈ ਜਾਪਤਾ ਬਣਾਇਆ ਰੱਖਿਆ, ਤਾਂ ਹੀ ਇਸ ਮੁਕਾਮ ਤੱਕ ਆਏ। ਲੇਕਿਨ ਇੱਕ ਜਾਪਤਾ ਤੁਹਾਡੀ ਲੀਡਰਸ਼ਿਪ ਦੇ ਉੱਤੇ ਵੀ ਲਾਗੂ ਹੁੰਦਾ ਸੀ। ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਸਾਂ ਪੰਜਾਬ ਟੈਲੀਵਿਜ਼ਨ ਵੱਲੋਂ ਕਿ ਭਾਈ ਤੁਸੀਂ ਵੱਖਰੇ ਵੱਖਰੇ ਕੈਮਰਿਆਂ ਦੇ ਅੱਗੇ ਜਾਣ ਦੀ ਬਜਾਏ ਇੱਕ ਪ੍ਰੈਸ ਕਾਨਫਰੰਸ ਕਰਿਆ ਕਰੋ। ਔਰ ਹੁਣ ਅਸੀਂ ਤੁਹਾਨੂੰ ਇੱਕ ਹੋਰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਤੁਸੀਂ ਵੱਖਰੇ ਵੱਖਰੇ ਬਿਆਨ ਦੇਣ ਦੀ ਬਜਾਏ ਸਟੇਜ ਤੋਂ ਇੱਕੋ ਸ਼ਖਸ ਨੂੰ ਚੜਾ ਕੇ ਪੂਰਾ ਇੱਕੋ ਬਿਆਨ ਦਵਾ ਦਿਆ। ਦੇਖੋ ਗੱਲ ਇਹ ਹੈ ਕਿ ਜਦੋਂ ਤੁਸੀਂ ਸ਼ੁਰੂਆਤ ਚ ਹੁੰਦੇ ਹੋ, ਭਾਵੇਂ ਤੁਸੀਂ ਟੋਲ ਪਲਾਜ਼ਿਆਂ ਤੇ ਸੀ ਤੇ ਭਾਵੇਂ ਤੁਸੀਂ ਰੇਲਵੇ ਲਾਈਨਾਂ ਤੇ ਸੀ, ਉਦੋਂ ਦੌਰ ਹੋਰ ਸੀ। ਹਾਂ, ਅੱਜ ਕਿਉਂਕਿ ਤੁਹਾਡੀ ਸੱਤਾ ਦੀ ਸਭ ਤੋਂ ਸਿਖਰਲੀ ਜਿਹੜੀ ਜਮਾਤ ਹੈ ਉਹਦੇ ਨਾਲ ਟਕਰਾ, ਬਿਲਕੁਲ ਸਹੀ ਗੱਲ। ਦੂਜੇ ਬੰਨੇ ਤੁਸੀਂ ਇੱਕ ਇੱਜ਼ਤ ਆਬਰੂ ਦੀ ਲੜਾਈ ਲੜ ਰਹੇ ਹੋ। ਅੱਜ ਸਾਨੂੰ ਇਹ, ਮੈਂ ਮਾਫੀ ਮੰਗ ਕੇ ਗੱਲ ਕਹੂੰਗਾ ਕਿ ਅੱਜ ਸਾਨੂੰ ਇਹ ਵਹਿਮ ਮਨ ਚੋਂ ਕੱਢ ਦੇਣਾ ਚਾਹੀਦਾ ਕਿ ਲੜਾਈ ਇਕੱਲੀ ਕਿਸਾਨੀ ਦੀ। ਸਹੀ ਗੱਲ, ਇਹ ਲੜਾਈ ਪੰਜਾਬ ਨਾਲ ਜੁੜੇ ਤੇ ਦੇਸ਼ ਦੇ ਹਰ ਵਰਗ ਨਾਲ, ਜਿਹੜੇ ਜਿਹੜੇ ਸੰਜੀਦਾ ਵਰਗ ਹੈ ਉਹਨਾਂ ਦੀ ਲੜਾਈ। ਇਸ ਲੜਾਈ ਦੇ ਵਿੱਚੋਂ ਜੋ ਵੀ ਨਿਕਲਦਾ ਉਹ ਇੱਕ ਮੈਸੇਜ ਹੋਊਗਾ, ਉਹ ਇੱਕ ਹਾਕਮਾਂ ਸ਼ੁਰੂਆਤ, ਇੱਕ ਸ਼ੁਰੂਆਤ ਨਹੀਂ ਸਰਦਾਰ ਜੀ। ਜਿਹੜੀ ਜਿਹੜੀ ਹਕੂਮਤ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਕਹਿੰਦੀ ਸੀ ਜੋ ਅਸੀਂ ਕਰ ਦਿੱਤਾ ਉਹ ਸਹੀ ਆ, ਤੁਹਾਨੂੰ ਪ੍ਰਵਾਨ ਕਰਨਾ ਪਏਗਾ, ਤੁਸੀਂ ਉਸ ਜਿਹੜੀ ਉਹਨਾਂ ਦੀ ਸੋਚ ਸੀ, ਸੰਕੀਰਣ ਸੋਚ, ਉਹਦੇ ਖਿਲਾਫ ਇੱਕ ਆਵਾਜ਼ ਬੁਲੰਦ ਕੀਤੀ ਆ, ਤੁਸੀਂ ਮਜ਼ਬੂਤ ਹੋ ਕੇ ਸਾਹਮਣੇ ਆਏ। ਨਹੀਂ ਸਰਦਾਰ ਜੀ, ਹਰੇਕ ਸਿਆਸੀ ਜਮਾਤ ਲਈ ਸੁਨੇਹਾ ਜੀ, ਹਰੇਕ ਵਿਅਕਤੀ ਵਿਅਕਤੀਗਤ ਪੋਲੀਟੀਸ਼ੀਅਨ ਲਈ ਸੁਨੇਹਾ। ਹਾਂ, ਕਿ ਲੋਕ ਭਾਵਨਾਵਾਂ ਦੇ ਖਿਲਾਫ ਜਾ ਕੇ ਕਿਸੇ ਵੇਲੇ ਵੀ ਪੰਗੇ ਚਾਹੋਗੇ, ਬਿਲਕੁਲ ਤੁਸੀਂ ਕਦੇ ਵੀ ਲੋਕਤੰਤਰ ਦੇ ਵਿੱਚ ਸਭ ਤੋਂ ਪਾਵਰਫੁੱਲ ਨਹੀਂ ਹੋ ਸਕਦੇ ਜੀ। ਤੁਹਾਨੂੰ ਕਿਸੇ ਵੇਲੇ ਵੀ, ਤੁਹਾਨੂੰ ਅੰਦਾਜ਼ਾ ਹੀ ਨਹੀਂ ਕਿ ਕਿਹੜਾ ਵਿਰੋਧ ਖੜਾ ਹੋ ਜੂ ਜੀ। ਸੋ ਇਸ ਵਿਰੋਧ ਨੇ, ਇਸ ਅੰਦੋਲਨ ਨੇ, ਇਸ ਲਹਿਰ ਨੇ ਇੱਕ ਸੁਨੇਹਾ ਪੋਲੀਟੀਸ਼ੀਅਨਸ ਨੂੰ ਲਾਉਣਾ ਹੈ, ਜਿਹੜਾ ਕਾਫੀ ਹੱਦ ਤੱਕ ਲੱਗ ਗਿਆ। ਇਹ ਸੁਨੇਹਾ ਇਹਨਾਂ ਲੋਕਾਂ ਲਈ ਵੀ ਨਾਲ ਹੈ ਜੀ, ਜਿਹੜੇ ਕਿਸਾਨੀ ਲਹਿਰ ਨੂੰ ਉੱਥੋਂ ਚਲਾ ਰਹੇ ਨੇ। ਬਿਲਕੁਲ ਠੀਕ ਹੈ, ਇਹ ਸੁਨੇਹਾ ਇਹਨਾਂ ਲਈ ਵੀ ਆ, ਕਿਉਂਕਿ ਸਾਡੇ ਸਾਹਮਣੇ ਇੱਕ ਉਦਾਹਰਣ ਅਹਿਮ ਹੈ ਕਿ ਜਦੋਂ ਲੀਡਰਸ਼ਿਪ ਦੇ ਦਰਮਿਆਨ ਵਿਚਾਰਕ ਵੱਖਰੇਵਾਂ ਜੇ, ਔਰ ਉਹਨਾਂ ਦੇ ਵਿੱਚ ਇੰਨੀ ਸਹਿਣਸ਼ੀਲਤਾ ਵੀ ਨਾ ਰਵੇ ਕਿ ਉਹ ਕਿਸੇ ਨੁਕਤੇ ਨੂੰ ਲੈ ਕੇ ਅੰਦਰ ਬੈਠ ਕੇ ਸੁਲਝਾਉਣ ਦੀ ਬਜਾਏ ਮੰਚ ਦੇ ਉੱਤੇ ਆ ਜਾਣ, ਕੈਮਰੇ ਮੋਹਰੇ ਆ ਜਾਣ ਜੀ, ਤਾਂ ਨੁਕਸਾਨ ਜਿਹੜਾ ਲਹਿਰ ਨੂੰ ਪੁੱਜਦਾ ਜੀ। 1982 ਦਾ ਧਰਮ ਯੁੱਧ ਮੋਰਚਾ ਸਾਡੇ ਸਾਹਮਣੇ ਆ, ਉਸ ਵੇਲੇ ਕੀ ਸੀ, ਲਹਿਰ ਸ਼ੁਰੂ ਕੀਤੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਜੀ, ਉਸ ਲਹਿਰ ਨੂੰ ਅਪਣਾ ਲਿਆ ਸ਼੍ਰੋਮਣੀ ਅਕਾਲੀ ਦਲ ਨੇ ਜੀ। ਇੱਕੋ ਸਮੇਂ ਦੋ ਡਿਕਟੇਟਰ, ਇੱਕ ਲਹਿਰ ਦੇ ਦੋ ਡਿਕਟੇਟਰ ਜੀ, ਇੱਕ ਸੰਤ ਜਰਨੈਲ ਸਿੰਘ ਤੇ ਇੱਕ ਇਧਰੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ। ਇੱਕ ਧਿਰ ਬਿਲਕੁਲ ਕਿ ਅਸੀਂ ਸਰਕਾਰ ਨਾਲ ਗੱਲ ਨਹੀਂ ਕਰਨੀ, ਇੱਕ ਧਿਰ ਬਾਰ ਬਾਰ ਗੱਲਬਾਤ ਦੇ ਰਾਹ ਤੇ ਤੁਰੀ ਜੀ। ਨਤੀਜਾ ਨੁਕਸਾਨ ਕਿਹਨਾਂ ਦਾ, ਲੋਕਾਂ ਦਾ ਜੀ। ਮੈਂ ਸਰਦਾਰ ਸਾਹਿਬ ਕਿਉਂਕਿ ਮੁੱਦੇ ਤੇ ਆਉਣਾ ਚਾਹੁੰਦਾ ਹੈ, ਇਤਿਹਾਸ ਵਿੱਚ ਇੰਨਾ ਕੁਝ ਪਿਆ ਕਿ ਜੇ ਸਾਰਾ ਜ਼ਿਕਰ ਕਰਨ ਲੱਗਾਂਗੇ ਮੁੱਦੇ ਤੋਂ ਪਿੱਛੇ ਰਹਿ ਜਾਂਗੇ। ਸੱਚ ਇਹ ਆ, ਸਾਡਾ ਦੋਸਤੋ ਬੜਾ ਸਪਸ਼ਟ ਜਿਹਾ ਮੰਨਣਾ ਹੈ ਕਿ ਭੁਪਿੰਦਰ ਸਿੰਘ ਮਾਨ ਕਾਂਗਰਸ ਦੇ ਨਾਲ ਐਸੋਸੀਏਟ ਸੀਗੇ, ਦੇਰ ਤੋਂ ਸੀ, ਕਾਂਗਰਸ ਲਈ ਇੱਕ ਸਿਰਪੀੜ ਖੜੀ ਹੋ ਗਈ ਜੇ ਉਹ ਲਗਾਤਾਰ ਉਸ ਕਮੇਟੀ ਦਾ ਹਿੱਸਾ ਰਹਿੰਦੇ, ਤੇ ਇਲਜ਼ਾਮ ਲੱਗਦਾ ਸੀ ਕਿ ਕਿਤੇ ਕਾਂਗਰਸ ਵੀ ਸ਼ਾਮਿਲ ਹੈ ਸਰਕਾਰਾਂ ਦਾ। ਉਹ ਇੱਕ ਚਲਨ ਜਿਹੜਾ ਆਪਸੀ ਰਿਸ਼ਤਿਆਂ ਦਾ ਹੁੰਦਾ, ਉਹਦੇ 'ਚ ਕੈਪਟਨ ਅਮਰਿੰਦਰ ਸਿੰਘ ਤੇ ਹਰਫਾ ਰਿਹਾ ਸੀ। ਭੁਪਿੰਦਰ ਸਿੰਘ ਮਾਨ ਦੇ ਪਿਛਾ ਹੋਣ ਨਾਲ ਕੈਪਟਨ ਅਮਰਿੰਦਰ ਸਿੰਘ ਸੁਰਖਰੂ ਨਜ਼ਰ ਆ ਰਹੇ ਹੋਣਗੇ। ਅਗਲੀ ਗੱਲ, ਜਿਹੜੀਆਂ ਦੋ ਵੱਖ ਵੱਖ ਵਿਚਾਰਧਾਰਾਵਾਂ ਦੀ ਗੱਲ ਹੋ ਰਹੀ ਆ ਕਿ ਗੁਰਨਾਮ ਸਿੰਘ ਚਡੂਣੀ ਔਰ ਬਲਬੀਰ ਸਿੰਘ ਰਾਜੇਵਾਲ ਦੀ ਆਪਸੀ ਸੋਚ ਵਿੱਚ ਜਿਹੜਾ ਫਰਕ ਹੈ, ਜਾਂ ਜੇ ਫਰਕ ਨਜ਼ਰ ਆ ਰਿਹਾ, ਇਹ ਫਰਕ ਸਟੇਜ ਤੋਂ ਨਜ਼ਰ ਕਿਉਂ ਆਵੇ? ਇਹ ਫਰਕ ਜਦੋਂ ਵੀ ਤੁਸੀਂ ਮੀਟਿੰਗ ਕਰਦੇ ਹੋ, ਮੀਟਿੰਗ ਦੇ ਪਲੇਟਫਾਰਮ ਤੇ ਤੁਸੀਂ ਮਸਲੇ ਹੱਲ ਕਰਕੇ ਜਾਂ ਡਿਸਕਸ ਕਰਕੇ, ਉਸ ਤੋਂ ਜੇ ਹੱਲ ਨਹੀਂ ਹੁੰਦਾ ਤੇ ਅਗਲੀ ਮੀਟਿੰਗ ਤੱਕ ਪੋਸਟਪੋਨ ਕਰਦੇ ਹੋ, ਲੇਕਿਨ ਇਹਦਾ ਤੁਸੀਂ ਰਾਹ ਲੋਕਾਂ ਨੂੰ ਕਿਉਂ ਦਿੰਦੇ ਹੋ? ਤੁਸੀਂ ਇੱਕ ਮੈਸੇਜ ਕਿਉਂ ਦੇ ਰਹੇ ਹੋ ਬਾਹਰ? ਕਿਉਂਕਿ ਪੰਜਾਬ ਦੀ ਇੱਜ਼ਤ ਆਬਰੂ ਦਾ ਮਸਲਾ ਹੈ। ਜਦੋਂ ਭੁਪਿੰਦਰ ਸਿੰਘ ਮਾਨ ਕਮੇਟੀ ਤੋਂ ਵੱਖ ਹੋ ਗਏ, ਇੱਕ ਅੱਧ ਮੈਂਬਰ ਲਈ
ਹੋਰ ਯਤਨ ਹੋ ਰਹੇ ਆ ਜਿਹੜੇ ਸਾਡੇ ਵਸੀਲੇ ਦੱਸ ਰਹੇ ਆ, ਲੇਕਿਨ ਕਿਸਾਨੀ ਨਾਲ ਸੰਬੰਧਿਤ ਜਿਹੜੀਆਂ ਇਹ ਜਿੰਨੀਆਂ ਵੀ ਧਿਰਾਂ ਨੇ ਜਿਹਦੇ ਵਿੱਚ ਬਾਕੀ ਸੂਬਿਆਂ ਦੇ ਵੀ ਲੋਕ ਆ, ਉਹ 4-5 ਮੈਂਬਰੀ ਕਮੇਟੀ ਦਾ ਗਠਨ ਕਰਨ ਜਿਹੜੀ ਬਾਕੀ ਲੋਕਾਂ ਨਾਲ ਵੀ ਗੱਲਬਾਤ ਚਲਾਵੇ, ਮੁੱਖ ਮੰਤਰੀਆਂ ਨਾਲ ਚਲਾਵੇ, ਜਿਹੜੀਆਂ ਦੂਜੀਆਂ ਵਿਚਾਰਧਾਰਾਵਾਂ ਨੇ ਉਹਨਾਂ ਨਾਲ ਚਲਾਵੇ, ਤਾਂ ਕਿ ਤੁਸੀਂ ਇਸ ਅੰਦੋਲਨ ਨੂੰ ਅੱਗੇ ਵਧਾ ਸਕੋ, ਵੱਡਾ ਕਰ ਸਕੋ, ਜਿੱਥੋਂ ਤੁਹਾਨੂੰ ਆਪਣੇ ਇਸ ਅੰਦੋਲਨ ਲਈ ਸਪੋਰਟ ਮਿਲੇ, ਹਮਦਰਦੀ ਮਿਲੇ। ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਇਹ ਮਸਲਾ ਡੈਫੀਨੇਟਲੀ ਦੁਬਾਰਾ ਜਾਊਗਾ, ਹੋ ਸਕਦਾ ਮੰਡੇ ਨੂੰ ਜਾਵੇ, ਜਾਂ ਉਹ ਚੌਥਾ ਮੈਂਬਰ ਰੱਖਣ ਹੀ ਨਾ, 3 ਮੈਂਬਰ ਆਧਾਰਿਤ ਕਮੇਟੀ ਕੰਮ ਕਰਦੀ ਰਹੇ। ਦੇਖਣਾ ਤੇ ਇਹ ਹੋਊਗਾ ਕਿ ਜਿੰਨਾ ਵਿਰੋਧ ਭੁਪਿੰਦਰ ਸਿੰਘ ਮਾਨ ਦਾ ਹੋਇਆ, ਉਸ ਤੋਂ ਬਾਅਦ ਉਹਨਾਂ, ਅੱਜ ਹੁਣ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਦੋਸਤ ਮਿੱਤਰ ਆਪਣਾ ਵਿਊ ਪੁਆਇੰਟ ਦੇ ਰਹੇ ਆ ਔਰ ਬੜੀ ਮੁਹੱਬਤ ਦੇ ਰਹੇ ਆ ਭੁਪਿੰਦਰ ਸਿੰਘ ਮਾਨ ਨੂੰ, ਔਰ ਅਸੀਂ ਵੀ ਐਪਰੀਸ਼ੀਏਟ ਕਰਦੇ ਹਾਂ। ਉਹ ਉਹਨਾਂ ਦਾ ਇਹ ਫੈਸਲਾ ਕਿੰਨਾ ਹਾਲਾਤਾਂ ਚ ਆਇਆ, ਉਸ ਸਮੇਂ ਉਹਨਾਂ ਦੀ ਮਾਨਸਿਕਤਾ ਕੀ ਆ, ਉਹ ਕੀ ਸੋਚ ਰਹੇ ਆ, ਇਹ ਅਲੱਗ ਇਸ਼ੂ ਆ। ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੇ ਪੰਜਾਬ ਨਾਲ ਖਲੋਣ ਦੀ, ਭਾਈਚਾਰੇ ਨਾਲ ਖਲੋਣ ਦੀ, ਕਿਸਾਨੀ ਨਾਲ ਖਲੋਣ ਦਾ ਆਪਣੀ ਪ੍ਰਤੀਬੱਧਤਾ ਜ਼ਾਹਰ ਕੀਤੀ, ਉਹ ਆਪਣੇ ਆਪ ਦੇ ਵਿੱਚ ਪੰਜਾਬ ਦੀ ਰਵਾਇਤ ਨੂੰ ਅੱਗੇ ਤੋਰਦੀ ਆ, ਪੰਜਾਬ ਦੀ ਰਵਾਇਤ ਨੂੰ ਅੱਗੇ ਤੋਰਦੀ ਆ। ਔਰ ਇਸ ਵੇਲੇ ਜੇ ਇਸ ਅੰਦੋਲਨ ਨੂੰ ਸ਼ਾਂਤਮਈ ਰੱਖਣਾ ਹੈ, ਤਾਂ ਤੁਹਾਨੂੰ ਆਪਣੇ ਜਜ਼ਬਾਤਾਂ ਨੂੰ ਨਰਮੀ ਚ ਲਿਆਉਣਾ ਪਊਗਾ, ਉਹਨਾਂ ਤੇ ਅੰਕੁਸ਼ ਲਗਾ ਕੇ ਰੱਖਣਾ ਪਊਗਾ, ਤੁਹਾਨੂੰ ਆਪਣੇ ਮਨੋਵੇਗ ਤੇ ਭਾਵਨਾਵਾਂ ਚੈਨਲਾਈਜ਼ ਕਰਨੀਆਂ ਪੈਣਗੀਆਂ, ਤੁਹਾਨੂੰ ਡੈਫੀਨੇਟਲੀ ਉਹਨਾਂ ਨੂੰ ਇੱਕ ਰਸਤਾ ਦਿਖਾਉਣਾ ਪਊਗਾ। ਲੇਕਿਨ ਹੁਣ ਤੱਕ ਦਾ ਇਤਿਹਾਸ ਇਹ ਆ ਕਿ ਮੋਰਚੇ ਦੇ ਵਿੱਚ ਜਿੰਨੇ ਵੀ ਲੋਕ ਸ਼ਾਮਲ ਹੈ, ਉਹ ਕਿਸ ਵੀ ਵਿਚਾਰਧਾਰਾ ਦੇ ਆ, ਉਹਨਾਂ ਨੇ ਜ਼ਬਤ ਰੱਖਿਆ, ਉਹਨਾਂ ਨੇ ਡਿਸਿਪਲਿਨ ਰੱਖਿਆ। ਜਿੱਥੋਂ ਤੱਕ ਗਰਮ ਖਿਆਲੀਆਂ ਦੀ ਗੱਲ ਆ ਰਹੀ ਹੈ ਜਾਂ ਉਹਦੇ ਚ ਸ਼ਮੂਲੀਅਤ ਦੀ ਗੱਲ ਆ ਰਹੀ ਆ, ਇਹ ਸਰਕਾਰਾਂ ਦੀ ਡਿਊਟੀ ਬਣਦੀ ਹੈ ਕਿ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਕੁਛ ਸੰਵਿਧਾਨ ਤੋਂ ਪਰੇ ਹੋ ਰਿਹਾ, ਉੱਥੇ ਤੁਸੀਂ ਆਪਣਾ ਜਿਹੜਾ ਉਹ ਕੰਟਰੋਲ, ਜਿਹੜੀ ਚੀਜ਼ ਇਹ ਸਰਕਾਰ ਨੂੰ ਵਾਰਾਂ ਨਹੀਂ ਖਾਂਦੀ ਜੀ। ਵੈਸੇ ਤੇ ਇਸ ਮੁਲਕ ਦੇ ਵਿੱਚ ਕਿੰਨੀਆਂ ਲਹਿਰਾਂ ਉੱਠੀਆਂ ਨੇ ਜੀ, ਉਹ ਲਹਿਰਾਂ ਜਿਹੜੀਆਂ ਐਸੀਆਂ ਲਹਿਰਾਂ ਨੇ ਜੇ ਗਿਣਾਉਣ ਤੁਰ ਪਈਏ, ਜਿਹਨਾਂ ਦੇ ਨਾਲ ਸਰਕਾਰਾਂ ਨੇ ਸਮਝੌਤੇ ਵੀ ਕੀਤੇ ਨੇ ਜੀ, ਤੇ ਸਭ ਦੇ ਸਾਹਮਣੇ ਆ। ਲੇਕਿਨ ਹੁਣ ਇਸ ਵੇਲੇ ਸਰਕਾਰ ਨੂੰ ਉਹ ਲਹਿਰ ਵਾਰਾਂ ਨਹੀਂ ਖਾਂਦੀ ਜੀ, ਇਸ ਵੇਲੇ ਵਾਰਾਂ ਨਹੀਂ ਖਾਂਦੀ। ਔਰ ਕਿਸੇ ਤਰੀਕੇ ਜੇ ਕਹਿ ਲਓ ਕਿ ਇਸ ਮਜ਼ਬੂਤ ਲਹਿਰ ਦੇ ਅੰਦਰ ਇੱਕ ਦੋਸ਼ ਕੱਢਣਾ ਹੋਵੇ ਜੀ, ਤੇ ਉਹ ਉਹਨਾਂ ਦੇ ਸਾਹਮਣੇ ਆ। ਉਹ ਉਹਨਾਂ ਨੇ, ਕਿਉਂਕਿ ਮਾਨਯੋਗ ਅਦਾਲਤ ਨੇ ਕਿਹਾ ਕਿ ਤੁਸੀਂ ਸਾਨੂੰ 15 ਤਰੀਕ ਨੂੰ ਲਿਆਓ, ਹਲਫੀਆ ਬਿਆਨ ਦਿਓ, ਸਰਕਾਰ ਹਲਫੀਆ ਬਿਆਨ ਦਾਇਰ ਕਰੇਗੀ, ਲੇਕਿਨ ਉਸ ਤੋਂ ਪਹਿਲਾਂ ਘੱਟੋ ਘੱਟ ਤੁਸੀਂ ਤੇ ਮੌਕਾ ਨਾ ਦਿਓ ਜੀ ਕਿ ਸਾਡੇ ਅੰਦਰ ਕਿਹੜੇ ਲੋਕ ਨੇ। ਬਿਲਕੁਲ ਠੀਕ ਹੈ। ਜਦੋਂ ਤੁਸੀਂ ਆਪਣੇ ਲੋਕਾਂ ਨੂੰ ਕਹੋਗੇ ਕਿ ਇੱਕ ਸਾਡੇ ਆਗੂ ਨੇ ਕਿਹਾ ਕਿ ਅਸੀਂ ਜਾਣਾ, ਤੇ ਫਿਰ ਤੁਸੀਂ ਸਰਕਾਰ ਨੂੰ ਮੌਕਾ ਦੇ ਰਹੇ ਹੋ, ਕਿਸੇ ਹੋਰ ਨੂੰ ਮੌਕਾ ਨਹੀਂ। ਮੈਨੂੰ ਲੱਗਦਾ ਕਿ ਸ਼ਾਇਦ ਸਰਦਾਰ ਬਲਵੀਰ ਸਿੰਘ ਰਾਜੇਵਾਲ ਵੀ ਥੋੜੇ ਜਜ਼ਬਾਤੀ ਹੋ ਗਏ ਇਸ ਮੌਕੇ ਤੇ, ਇਹ ਗੱਲ ਕਹਿਣ ਤੋਂ ਬਚਿਆ ਜਾ ਸਕਦਾ। ਜਜ਼ਬਾਤੀ ਹੋਣ ਤੇ ਇਸ ਤਰ੍ਹਾਂ ਭੁਪਿੰਦਰ ਸਿੰਘ ਮਾਨ ਵਰਗੇ ਹੋਣ, ਨਹੀਂ ਮੈਂ ਉਹੀ ਕਿਹਾ ਨਾ ਕਿ ਜਦੋਂ ਤੁਸੀਂ ਬਹੁਤ ਵੱਡੀ ਮੂਵਮੈਂਟ ਦੀ ਅਗਵਾਈ ਕਰ ਰਹੇ ਹੋ, ਤੇ ਫਿਰ ਤੁਸੀਂ ਇੱਕ ਪਬਲਿਕ ਮੰਚ ਤੋਂ ਇਹੋ ਜਿਹੇ ਸੁਨੇਹੇ ਲਾਉਣੇ ਕੋਈ ਜ਼ਿਆਦਾ ਨਹੀਂ। ਤੇ ਇੱਕ ਹੋਰ ਗੱਲ ਉਹਨਾਂ ਨੇ ਕਹੀ ਸੀ ਕਿ ਕੁਝ ਲੋਕ ਆ ਕੇ ਸਟੇਜ ਤੋਂ ਜਿਹੜਾ ਧੱਕੇ ਨਾਲ ਟਾਈਮ ਲੈ ਜਾਂਦੇ ਆ, ਆਖਿਰ ਤੁਹਾਡੀ ਸਟੇਜ ਧੱਕੇ ਨਾਲ ਕੋਈ ਕੋਈ ਕਿਵੇਂ ਲੈ ਜੇ, ਬਣਦਾ ਹੀ ਨਹੀਂ ਜੇਕਰ ਮੰਨ ਲਓ। ਲੇਕਿਨ ਫਿਰ ਵੀ ਜੇਕਰ ਕੋਈ ਅਤੀਤ ਵਿੱਚ ਹੋਇਆ ਤੇ ਉਹਨੂੰ ਲੋੜ ਨਹੀਂ। ਜੇ ਤੁਹਾਡੀ ਨਜ਼ਰ ਦੇ ਵਿੱਚ ਕੋਈ ਗਲਤ ਲੋਕ ਨੇ, ਬਿਲਕੁਲ ਜੇ ਤੁਹਾਡੀ ਨਜ਼ਰ ਚ ਹੈ ਤੇ ਤੁਹਾਡੀ 35 ਮੈਂਬਰੀ 32 ਮੈਂਬਰੀ ਕਮੇਟੀ ਉਹਦੇ ਕੋਲ ਜਾਵੇ, ਉਹਨੂੰ ਕਹੇ ਵੀ ਦੇਖ ਤੇਰਾ ਸਾਡਾ ਵਾਰਾ ਨਹੀਂ ਖਾਂਦਾ, ਇਹ ਅੰਦੋਲਨ ਦੇ ਵਿੱਚ ਤੁਹਾਡਾ ਕੋਈ ਕੰਮ ਨਹੀਂ, ਜੇ ਤੁਹਾਨੂੰ ਨਜ਼ਰ ਆ ਰਿਹਾ ਫਿਰ ਤੁਸੀਂ ਉਸੇ ਲੀਹ ਤੇ ਹੋ ਜਿਹੜੀ ਲੀਹ ਤੇ ਸਰਕਾਰ ਹਲਫਨਾਮਾ ਦਾਇਰ ਕਰ ਰਹੀ। ਨਹੀਂ, ਨਾਲੇ ਇੱਕ ਗੱਲ ਹੋਰ ਉਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਇਸ ਲਹਿਰ ਦੀ ਮਜ਼ਬੂਤੀ ਦੇ ਨਾਲ ਸਿਆਸੀ ਧਿਰਾਂ ਨੂੰ ਵੀ ਦਰਦ ਹੋ ਰਿਹਾ, ਉਹ ਲਫ਼ਜ਼ ਦਰਦ ਵਰਤਦੇ, ਦਰਦ ਹੋ ਰਿਹਾ ਵੀ ਇਹ ਲਹਿਰ ਏਡੀ ਮਜ਼ਬੂਤ ਹੋ ਗਈ, ਸਿਆਸੀ ਕਮਜ਼ੋਰ ਹੋ ਗਏ। ਤੇ ਮਾਫ਼ ਕਰਨਾ, ਰਾਜੇਵਾਲ ਸਾਹਿਬ ਹੋਣ ਜਾਂ ਚੜੂਨੀ ਸਾਹਿਬ ਹੋਣ ਜਾਂ ਕੋਈ ਹੋਰ ਹੋਵੇ, ਤੇ ਇੱਕ ਗੱਲ ਕਹਿਣੀ ਬਣਦੀ ਆ ਕਿ ਭਾਈ ਘੱਟੋ ਘੱਟ ਤੁਸੀਂ ਇਸ ਮੰਚ ਤੋਂ ਇਹ ਐਦ ਕਰ ਦਿਓ ਵੀ ਅੱਗੇ ਤੋਂ ਤੁਸੀਂ ਕਿਸੇ ਸਿਆਸੀ ਧਿਰ ਨਾਲ ਨਹੀਂ ਜੁੜੋਗੇ। ਲੋਕਾਂ ਨੂੰ, ਜਿਹੜੇ ਉੱਥੇ ਲੋਕ ਬੈਠੇ ਨੇ, ਉਹ ਹੋਰ ਮਜ਼ਬੂਤ ਹੋ ਜਾਣ ਕਿ ਜੇ ਸਿਆਸੀ ਲੀਡਰ ਇਸ ਮੰਚ ਤੇ ਨਹੀਂ ਆ ਸਕਦਾ, ਫਿਰ ਸਾਡਾ ਲੀਡਰ ਜਿਹੜਾ ਉਹ ਕਿਸੇ ਸਿਆਸੀ ਪਾਰਟੀ ਦੇ ਵਿੱਚ ਕਿੱਦਾਂ ਜਾ ਸਕਦਾ। ਸਰਦਾਰ ਜੀ, ਇੱਕ ਫਿਕਰ ਉਹਨਾਂ ਨੇ ਹੋਰ ਬੜਾ ਵੱਡਾ ਜ਼ਾਹਰ ਕੀਤਾ, ਤੁਸੀਂ ਧਿਆਨ ਦਿੱਤਾ ਹੋਊਗਾ, ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਨੇ ਮਾਫ਼ ਨਹੀਂ ਕਰਨਾ। ਜਿਹੜਾ ਰਾਜੇਵਾਲ ਕਹਿ ਰਿਹਾ ਕਿ ਸਾਨੂੰ ਕਿਸੇ ਨੇ ਮਾਫ਼ ਨਹੀਂ ਕਰਨਾ, ਇਹ ਤੇ ਗੱਲ ਹੈ। ਇੱਥੇ ਅਸੀਂ ਲੋਕ ਜਿਹੜੇ ਆ, ਅਸੀਂ ਲੋਕ ਕਿਸੇ ਵੀ ਤਰੀਕੇ ਨਾਲ ਵਾਪਸ ਨਹੀਂ ਜਾ ਸਕਦੇ। ਬਿਲਕੁਲ ਸਹੀ ਗੱਲ। ਔਰ ਇਹ ਸੱਚ ਆ ਕਿ ਲੋਕ ਭਾਵਨਾਵਾਂ ਦੀ ਸਹੀ ਤਰਜਮਾਨੀ ਤੁਸੀਂ ਕਰਨੀ, ਤੁਸੀਂ ਕਰਨੀ। ਲੋਕਾਂ ਨੇ ਆਪਣਾ 100% ਸਪੋਰਟ ਸਿਸਟਮ ਲਾਤਾ, ਆਪਣਾ ਸਾਧਨ ਵੀ ਲਾਤੇ ਆ ਜੀ, ਤੇ ਆਪਣਾ ਮੰਤਨ ਵੀ ਲਾਤਾ। ਹੁਣ ਵੇਖਣਾ ਆ ਕਿ ਪੰਜਾਬ ਸਿਰ ਦਾਗ ਲੱਗਦਾ ਰਿਹਾ ਕਿ ਲੀਡਰਸ਼ਿਪ ਟੇਬਲ ਤੇ ਹਰਦੀ ਹੈ। ਸਹੀ ਗੱਲ। ਟੇਬਲ ਦੇ ਉੱਤੇ ਜਾ ਕੇ ਕੋਈ ਕਮਜ਼ੋਰੀ ਵਿਖਾਉਂਦੀ। ਹਾਂ, ਰਾਜੇਵਾਲ ਸਾਹਿਬ ਦੀ ਇਹ ਵੀ ਗੱਲ ਗੌਰ ਕਰਨ ਵਾਲੀ ਹੈ
ਕਿ ਸਾਡੇ ਵਿੱਚੋਂ ਕੋਈ ਪਿਛਾਂਹ ਹਟ ਕੇ ਵਿਖਾਵੇ ਤੁਸੀਂ ਹਟਣ ਦਿਓਗੇ। ਪਰ ਮੈਂ ਇਹ ਕਹਿਣਾ ਕਿ ਇਸ ਡਰ ਚ ਵੀ ਤੁਸੀਂ ਕਿਤੇ ਲੱਤ ਡਾ ਕੇ ਖਲੋਤੇ ਨਾ ਰਹੋ, ਜਿੱਥੇ ਕਿਤੇ ਤੁਹਾਨੂੰ ਲੱਗਦਾ ਕਿ ਨੈਗੋਸੀਏਸ਼ਨ ਚ ਕਿਸਾਨੀ ਦਾ ਭਲਾ ਹੁੰਦਾ ਹੈ, ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਰਕਾਰ ਤੋਂ ਕੁਝ ਪ੍ਰਾਪਤ ਕਰ ਸਕਦੇ ਹੋ, ਉੱਥੇ ਇਸ ਡਰ ਨਾਲ ਖਲੋਤੇ ਨਾ ਰਹੋ ਕਿ ਯਾਰ ਪਿਛਲੇ ਕੀ ਕਹਿਣਗੇ। ਲੀਡਰ ਦਾ ਇਹ ਵੀ ਫੈਸਲਾ ਹੁੰਦਾ ਹੈ, ਲੀਡਰ ਦਾ ਇਹ ਵੀ ਧਰਮ ਹੁੰਦਾ ਹੈ ਕਿ ਉਹ ਔਖੇ ਹਾਲਾਤਾਂ ਚ ਫੈਸਲਾ ਲਵੇ। ਤੁਸੀਂ ਹਜ਼ਾਰਾਂ ਲੱਖਾਂ ਦੀ ਭੀੜ ਦੇ ਵਿੱਚ ਫੈਸਲੇ ਨਹੀਂ ਲੈ ਸਕਦੇ, ਤੁਹਾਨੂੰ ਫੈਸਲੇ ਲੈਣ ਲੱਗਿਆਂ ਆਪਣੇ ਵਿਵੇਕ ਤੋਂ ਕੰਮ ਲੈਣਾ ਹੈ। ਤੁਹਾਨੂੰ ਪਤਾ ਹੈ ਕਿ ਤੁਸੀਂ ਵਿਕ ਨਹੀਂ ਰਹੇ, ਖਰੀਦੇ ਨਹੀਂ ਜਾ ਰਹੇ, ਡਰ ਨਹੀਂ ਰਹੇ। ਜੇ ਤੁਸੀਂ ਬਿਲਕੁਲ ਨਹੀਂ ਡਰ ਰਹੇ, ਤੁਸੀਂ ਕਿਸਾਨੀ ਹਿੱਤਾਂ ਦੇ ਅਲੰਬਰਦਾਰ ਹੋ, ਪਹਿਰੇਦਾਰ ਹੋ, ਜੇ ਤੁਹਾਨੂੰ ਕਿਸਾਨੀ ਦੀ ਸਮਝ ਆਮ ਬੰਦੇ ਨਾਲੋਂ ਮੇਰੇ ਵਰਗੇ ਨਾਲੋਂ ਜ਼ਿਆਦਾ ਹੈ, ਤੇ ਫਿਰ ਤੁਹਾਨੂੰ ਫੈਸਲਾ ਲੈਣ ਲੱਗਿਆਂ ਦੁਚਿੱਤੀ ਚ ਨਹੀਂ ਆਉਣਾ ਚਾਹੀਦਾ। ਤੁਹਾਨੂੰ ਕਿਸੇ ਇੱਕ ਬੰਦੇ ਦੇ ਵੀਟੋ ਕਰਨ ਨਾਲ ਉਹ ਮਸਲਾ ਡੱਕ ਨਹੀਂ ਦੇਣਾ ਚਾਹੀਦਾ। ਲੀਡਰ ਦਾ ਕੰਮ ਹੁੰਦਾ ਹੈ ਕਿ ਉਹ ਚਾਲੀਆਂ ਚ ਖਲੋ ਕੇ ਕਵੇ ਕਿ ਇਹ ਕੰਮ ਸਾਨੂੰ ਵਾਰਾ ਖਾਂਦਾ, ਇਹ ਤੋਂ ਬਿਨਾਂ ਨਹੀਂ ਗੁਜ਼ਾਰਾ ਹੋਣਾ। ਸੋ ਇਹ ਸਭ ਤੋਂ ਵੱਡਾ ਸਵਾਲ ਹੈ, ਇਹ ਸਭ ਤੋਂ ਵੱਡਾ ਸਵਾਲ ਹੈ। ਸੋ ਮੈਂ ਇਹ ਸਮਝਦਾ ਹਾਂ ਕਿ ਜੇਕਰ ਅਸੀਂ ਅੱਜ ਇਸ ਸਥਿਤੀ ਚੋਂ ਨਹੀਂ ਨਿਕਲਦੇ ਤਾਂ ਫਿਰ ਇਹ ਸਾਡੇ ਲਈ ਬਹੁਤ ਵੱਡਾ ਸੰਕਟ ਹੋਊਗਾ। ਸਭ ਤੋਂ ਵੱਡਾ ਸਵਾਲ ਹੈ ਇਸ ਵੇਲੇ ਦਾ ਕਿ ਭੁਪਿੰਦਰ ਸਿੰਘ ਮਾਨ ਕਮੇਟੀ ਦੀ ਮੈਂਬਰਸ਼ਿਪ ਨੂੰ ਛੱਡ ਚੁੱਕੇ ਆ, ਉਹ ਆਪਣਾ ਬੜਾ ਹੰਬਲ ਤਰੀਕੇ ਨਾਲ ਪ੍ਰੈਸ ਨੋਟ ਜਾਰੀ ਕਰਕੇ ਆਪਣੀਆਂ ਭਾਵਨਾਵਾਂ ਵਿਅਕਤ ਕਰ ਗਏ ਆ ਕਿ ਮੈਂ ਪੰਜਾਬ ਦੇ ਨਾਲ ਹਾਂ, ਲੋਕ ਭਾਵਨਾਵਾਂ ਦੇ ਨਾਲ ਹਾਂ। ਸੋ ਲੋਕ ਭਾਵਨਾਵਾਂ ਨੂੰ ਛੱਡਿਆਂ ਕਿਸੇ ਦੀ ਵੀ ਸਰਵਾਈਵਲ ਸੰਭਵ ਨਹੀਂ ਹੁੰਦੀ। ਮੈਂ ਦੁਬਾਰਾ ਇਹ ਗੱਲ ਕਰਦਿਆਂ ਮਹਿਸੂਸ ਕਰਦਾ ਕਿ ਸੁਪਰੀਮ ਕੋਰਟ ਨੂੰ ਖੇਤੀ ਖੇਤਰ ਦੇ ਸਭ ਤੋਂ ਸਿਖਰਲੇ ਵਿਦਵਾਨ, ਸਭ ਤੋਂ ਸਿਖਰਲੇ ਐਕਸਪਰਟ ਲਾਉਣੇ ਚਾਹੀਦੇ ਆ, ਜਿਹੜੇ ਫੈਸਲਾ ਕਰਨ ਜਿਨ੍ਹਾਂ ਦੇ ਵਿੱਚ ਇੱਕ ਸੰਵਿਧਾਨਕ ਨਜ਼ਰੀਏ ਨੂੰ ਵੀ ਦੇਖਣ ਵਾਲਾ ਹੋਵੇ ਕਿ ਖੇਤੀ ਸਟੇਟ ਸਬਜੈਕਟ ਸੀ, ਕੇਂਦਰ ਨੇ ਹੱਥ ਕਿਉਂ ਪਾਇਆ, ਕਿਹੜੀ ਅਮੈਂਡਮੈਂਟ ਸੀ ਕੋਈ ਪੁਰਾਣੀ 50 ਸਾਲ ਜਿਹਨੂੰ ਆਧਾਰ ਬਣਾ ਲਿਆ ਗਿਆ, ਟ੍ਰੇਡ ਨਾਲ ਸੰਬੰਧਿਤ ਉਹ ਕਿਹੜੀ ਮੱਤ ਸੀ ਜਿਹਨੂੰ ਰਾਜੇਵਾਲ ਸਾਹਿਬ 33 ਨੰਬਰ ਦੇ ਅੱਗੇ ਕੋਈ ਦੱਸਦੇ ਹੁੰਦੇ ਆ। ਸੋ ਸਵਾਲ ਇਹ ਆ ਕਿ ਸੰਵਿਧਾਨਕ ਵਿਆਖਿਆ ਵੀ ਬਣਦੀ ਹੈ, ਸਟੇਟਾਂ ਦਾ ਹੱਕ ਵੀ ਬਣਦਾ ਹੈ, ਕਿਸਾਨੀ ਦੇ ਆਪਣੇ ਹੱਕ ਹਕੂਕ ਨੇ, ਆਮ ਬੰਦੇ ਦੇ ਮਾਨਵਤਾ ਦੇ ਹੱਕ ਹਕੂਕ ਨੇ, ਇਹਨਾਂ ਤੇ ਫੈਸਲਾ ਕਰਨ ਵਾਲੇ ਸਭ ਤੋਂ ਬਿਹਤਰੀਨ ਲੋਕ ਹੀ ਇਸ ਕਮੇਟੀ ਦੇ ਉੱਪਰ ਹੋਣੇ ਚਾਹੀਦੇ ਸੀ। ਇਹ ਵੇਖਣਾ ਹੋਊਗਾ ਕਿ ਜਿਹੜਾ ਇਹ ਸਾਰਾ ਮਸਲਾ ਹੈ, ਹੁਣ ਮਾਣਯੋਗ ਸੁਪਰੀਮ ਕੋਰਟ ਇਸ ਕਮੇਟੀ ਚ ਕੋਈ ਨਵਾਂ ਮੈਂਬਰ ਪਾਉਂਦੀ ਹੈ, ਇਹਨੂੰ ਦੁਬਾਰਾ ਵਿਉਂਦੀ ਹੈ, ਕਿਉਂਕਿ ਜਿਸ ਤਰੀਕੇ ਨਾਲ ਹਰੇਕ ਦੀ ਨਜ਼ਰ ਲੱਗੀ ਹੋਈ ਆ, ਟੋਟਲ ਮੀਡੀਆ ਜਿਹੜਾ ਪ੍ਰਿੰਟ ਵੀ ਆ, ਇਲੈਕਟ੍ਰੋਨਿਕ ਵੀ ਆ ਤੇ ਸੋਸ਼ਲ ਵੀ ਆ, ਉਹਦੇ ਉੱਤੇ ਕਿਸਾਨ ਭਾਵਨਾਵਾਂ, ਕਿਸਾਨ ਆਗੂਆਂ ਦੀਆਂ ਭਾਵਨਾਵਾਂ, ਬੁੱਧੀਜੀਵੀਆਂ ਦੇ ਵਿਚਾਰ ਮਾਣਯੋਗ ਸੁਪਰੀਮ ਕੋਰਟ ਦੇ ਸਭ ਤੋਂ ਉੱਪਰਲੇ ਜੱਜਸ ਤੱਕ ਵੀ ਪਹੁੰਚ ਚੁੱਕੇ ਹੋਣਗੇ ਕਿ ਲੋਕ ਖੁਸ਼ ਨਹੀਂ ਹੋਏ। ਇਹ ਕਮੇਟੀ ਦੀ ਜਿਹੜੀ ਆਪਣੀ ਬਣਤਰ ਆ, ਇਹਦੇ ਵਿੱਚ ਲੋਕ ਜਿਹੜੇ ਆ ਉਹਨਾਂ ਨੂੰ ਲੈ ਕੇ ਖੁਸ਼ ਨਹੀਂ ਹੋਏ। ਕੀ ਸੋਮਵਾਰ ਵਾਲੇ ਦਿਨ ਮਾਣਯੋਗ ਸੁਪਰੀਮ ਕੋਰਟ ਇਹਦੇ ਤੇ ਦੁਬਾਰਾ ਸੁਣਵਾਈ ਕਰਕੇ ਇਹਨੂੰ ਮੁੜ ਕੇ ਵਿਆਉਂਦੀ ਆ? ਅਗਰ ਸੁਣਵਾਈ ਹੋ ਰਹੀ ਆ ਤੇ ਜਿਹੜੇ ਵਕੀਲ ਸਾਹਿਬਾਨ ਕਿਸਾਨਾਂ ਵੱਲੋਂ ਪੇਸ਼ ਹੋਏ ਸੀ ਜੀ, ਕੀ ਉਹਨਾਂ ਵਕੀਲ ਸਾਹਿਬ ਨੂੰ ਦੁਬਾਰਾ ਅਦਾਲਤ ਚ ਜਾਣ ਦੀ ਬਾਰੇ ਵਿਚਾਰ ਕਰਨੀ ਚਾਹੀਦੀ ਜੀ? ਆਖਿਰ ਇਹ ਫੈਸਲਾ ਤੇ ਕਿਸਾਨ ਲੀਡਰਸ਼ਿਪ ਕਰੇਗੀ ਜੀ। ਹੁਣ ਕਿਸਾਨ ਲੀਡਰਸ਼ਿਪ ਇਹ ਨਾ ਸੋਚੇ, ਜਦੋਂ ਇਹ ਮਹਿਸੂਸ ਕਰ ਚੁੱਕੀ ਕਿ ਸਾਨੂੰ ਕਿਸੇ ਨੇ ਮਾਫ਼ ਨਹੀਂ ਕਰਨਾ, ਅਸੀਂ ਵਾਪਸ ਨਹੀਂ ਮੁੜ ਸਕਦੇ ਜੀ, ਤੇ ਫਿਰ ਉਹ ਸੋਚਣ ਕਿ ਜਿਹੜੇ ਲੋਕਾਂ ਨੇ ਉਹਨਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ ਉਹਨਾਂ ਦੀ ਮਨੋਭਾਵਨਾ ਕੀ ਆ, ਉਹਨਾਂ ਦੀ ਮਨੋਵੇਦਨਾ ਕੀ ਆ, ਉਹਦੇ ਅਨੁਸਾਰ ਅੱਗੇ ਵਧਣ ਜੀ। ਲੇਕਿਨ ਉਸ ਤੋਂ ਪਹਿਲਾਂ ਆਪਣੇ ਉੱਤੇ ਇੱਕ ਲੀਡਰਸ਼ਿਪ ਉੱਤੇ ਵੀ ਇੱਕ ਜਾਪਦਾ ਲਾ ਲਓ, ਉਹ ਬਣਦਾ ਹੀ ਹੈ ਜੀ। ਜੇ ਇਸੇ ਤਰੀਕੇ ਨਾਲ ਜਿਹੜੇ ਤੁਹਾਡੇ ਆਪਸੀ ਵਿਵਾਦ ਬਾਹਰ ਆਉਂਦੇ ਰਹਿਣਗੇ ਤੇ ਲੋਕਾਂ ਉੱਥੇ ਬੈਠੇ ਲੋਕਾਂ ਤੇ ਤੁਸੀਂ ਤੰਬੂ ਦੇ ਅੰਦਰ ਬੈਠ ਕੇ ਕੀ ਫੈਸਲਾ ਕਰਦੇ ਹੋ, ਉਹਦਾ ਨਤੀਜਾ ਇਸ ਲਹਿਰ ਦੀ ਜਿੱਤ ਜਾਂ ਹਾਰ ਨੇ ਦੱਸਣਾ ਹੈ। ਸਰਦਾਰ ਸਾਹਿਬ, ਇੱਕ ਬਾਰਡਰਸ ਦੇ ਉੱਤੇ ਯੁੱਧ ਚੱਲ ਰਿਹਾ ਅੰਦੋਲਨ ਦਾ, ਬਿਲਕੁਲ। ਦੂਜਾ ਮੈਂ ਦੇਖ ਰਿਹਾ ਸੀ ਕਿ ਬੀਜੇਪੀ ਦੇ ਵੱਡੇ ਆਗੂ ਸੁਰਜੀਤ ਕੁਮਾਰ ਜਿਆਣੀ ਜੀ, ਉਹ ਬੇਸ਼ੱਕ ਪ੍ਰਧਾਨ ਮੰਤਰੀ ਨੂੰ ਔਰ ਗ੍ਰਹਿ ਮੰਤਰੀ ਨੂੰ ਮਿਲਦੇ ਰਹੇ ਜੀ, ਇਸ ਮਸਲੇ ਨੂੰ ਸੁਲਝਾਉਣ ਦੇ ਚੱਕਰ ਚ ਵੀ ਰਹੇ ਸ਼ੁਰੂ ਚ, ਮੁੜ ਕੇ ਉਹ ਇਹਨੂੰ ਉਲਝਾਉਣ ਦੇ ਚੱਕਰ ਚ ਵੀ ਫਸੇ ਰਹੇ, ਬਿਲਕੁਲ, ਆਪਣੀਆਂ ਟਿੱਪਣੀਆਂ ਕਰਕੇ ਜੀ। ਪਿਛਲੇ ਇੱਕ ਦਿਨ ਦੇ ਵਿੱਚ 24 ਘੰਟੇ ਦੇ ਵਿੱਚ ਉਹਨਾਂ ਦੇ ਆਪਣੇ ਨਗਰ ਦੁਆਲੇ ਜਿਸ ਤਰੀਕੇ ਨਾਲ ਟਰੈਕਟਰ ਮਾਰਚ ਹੋਇਆ, ਦੇਖੋ ਲੜਾਈ ਜਿਹੜੀ ਲੜਾਈ ਹੱਕਾਂ ਦੀ ਆ, ਸ਼ਾਂਤਮਈ ਆ, ਸੰਵਿਧਾਨਕ ਦਾਇਰਿਆਂ ਚ ਆ, ਉਹ ਕਿੱਥੇ ਕਿੱਥੇ ਲੜੀ ਜਾ ਰਹੀ ਜੀ। ਇਹ ਦੇਖਣਾ ਹੋਊਗਾ ਕਿ ਹਰ ਬਸ਼ਰ ਜਿਹੜਾ ਰੋਟੀ ਖਾਂਦਾ ਪੰਜਾਬ ਦੀ ਧਰਤੀ ਨਾਲ ਕਿਸੇ ਵੀ ਰੂਪ ਚ ਜੁੜਿਆ, ਬਿਲਕੁਲ, ਉਹ ਇਹਦੇ ਚ ਆਪਣਾ ਯੋਗਦਾਨ ਪਾ ਰਿਹਾ ਜੀ। ਜਿਹੜਾ ਜਦੋਂ ਲੀਡਰ ਇੱਥੇ ਬਹਿ ਕੇ ਫੈਸਲੇ ਕਰਨ ਜਾਂ
ਸਟੇਜ ਵਰਤਣ ਜਿਹੜੀ ਕੁਦਰਤੀ ਉਹਨਾਂ ਨੂੰ ਮਿਲ ਗਈ ਜੀ, ਜਿਹੜੀ ਉਹਨਾਂ ਨੇ ਅਰਨ ਵੀ ਕੀਤੀ ਮੰਨ ਲਓ, ਬਿਲਕੁਲ ਕਮਾਈ ਵੀ ਕਮਾਈ ਹੈ ਉਹਨਾਂ ਦੀ ਕਮਾਈ, ਲੇਕਿਨ ਉਸ ਵੇਲੇ ਉਹ ਇਹ ਜ਼ਰੂਰ ਦੇਖਣ ਕਿ ਇਸ ਮੂਵਮੈਂਟ ਦਾ ਇੱਕ ਇੱਕ ਬੱਚੇ ਨਾਲ ਵਾਹ ਹੈ, ਸਹੀ ਗੱਲ, ਇਹਦੇ ਵਿੱਚ ਇੱਕ ਇੱਕ ਘਰ ਦੀ ਇੱਕ ਇੱਕ ਚੀਜ਼ ਦਾ ਰਿਸ਼ਤਾ ਹੈ, ਕਿਸੇ ਨੇ ਕੋਈ ਕੰਬਲ ਨਹੀਂ ਛੱਡੇ, ਰੱਸੇ ਨਹੀਂ ਛੱਡੇ, ਤਰਪਾਲਾਂ ਨਹੀਂ ਛੱਡੀਆਂ, ਕਿਸੇ ਨੇ ਆਟਾ ਨਹੀਂ ਛੱਡਿਆ, ਘਰ ਦੇ ਸਾਰੇ ਸਾਧਨ ਝੋਕਤੇ ਆ, ਇਹਦੇ ਵਿੱਚ ਤੁਸੀਂ ਰਾਜੇਵਾਲ ਸਾਹਿਬ ਜਾਂ ਚੜੂਣੀ ਸਾਹਿਬ ਜਾਂ ਕੋਈ ਬਾਕੀ ਲੋਕ ਉਹ ਬਹੁਤ ਜ਼ਿਆਦਾ ਵੱਡੇ ਯੋਗਦਾਨ ਚ ਨਹੀਂ ਗਏ, ਇੱਕ ਸਧਾਰਨ ਪਰਿਵਾਰ ਦਾ ਕਿਸਾਨ ਛੋਟੇ ਯੋਗਦਾਨ ਚ ਨਹੀਂ, ਹਰਿਆਣਾ ਸਮੂਹਿਕ ਲੜਾਈ ਆ, ਇਸ ਸਮੂਹਿਕ ਲੜਾਈ ਨੂੰ ਤੁਸੀਂ ਇਸ ਨਜ਼ਰੀਏ ਤੋਂ ਲੈ ਕੇ ਚੱਲੋ ਕਿ ਜਿੱਥੇ ਵੀ ਗਲਤੀ ਹੋਵੇ, ਜਿੱਥੇ ਵੀ ਗਲਤੀ ਹੋਵੇ, ਸ਼ਾਂਤਮਈ ਅੰਦੋਲਨ ਹੈ, ਸੰਵਿਧਾਨਕ ਅੰਦੋਲਨ ਹੈ, ਜਿੱਥੇ ਵੀ ਗਲਤੀ ਹੋਵੇ ਉਸ ਵਿਅਕਤੀ ਨੂੰ ਮਾਫ ਨਹੀਂ ਕੀਤਾ ਜਾਊਗਾ, ਇਹ ਇੰਜ ਲੱਗ ਰਿਹਾ। ਬਿਲਕੁਲ ਸਹੀ ਗੱਲ, ਦੇਖੋ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਆ ਜੀ, ਲੇਕਿਨ ਜਿਹੜੀ ਅੱਜ ਹਿੰਦੁਸਤਾਨ ਟਾਈਮ ਦੀ ਸਿਖਰ ਦੀ ਖਬਰ ਆ ਉਹ ਇਹੋ ਹੀ ਆ ਕਿ ਉਸ ਸਰਕਾਰ ਨੇ ਆਪਣੇ ਲੋਕਾਂ ਨੂੰ ਸਮਝਾਇਆ ਜੀ, ਜਿਹੜੇ ਅਹੁਦਿਆਂ ਤੇ ਬੈਠੇ ਨੇ, ਚਾਹੇ ਉਹ ਮੰਤਰੀ ਸਾਹਿਬਾਨ ਨੇ ਚਾਹੇ ਭਾਜਪਾ ਦੇ ਲੀਡਰ ਨੇ, ਕਿ ਭਾਈ ਜਦ ਤੱਕ ਠੰਡ ਠੰਡੋਰਾ ਨਹੀਂ ਹੁੰਦਾ ਉਦੋਂ ਤੱਕ ਤੁਸੀਂ ਆਪਣੀਆਂ ਜਿਹੜੀਆਂ ਤੁਹਾਡੀਆਂ ਹੈਗੀਆਂ ਨੇ ਇਹ ਸਾਰੀਆਂ ਮਿਲ ਲਓ ਜਲ ਗੁਲਣ ਜਾਂ ਰੈਲੀਆਂ ਇਹਨਾਂ ਨੂੰ ਸੰਕੀਰਨ ਕਰ ਦਿਓ, ਘਟਾ ਦਿਓ। ਪੰਜਾਬ ਦੇ ਵਿੱਚ ਵੀ ਇਹੋ ਕੁਛ ਹੋ ਰਿਹਾ ਜੀ, ਲੀਡਰਸ਼ਿਪ ਜਿਹੜੀ ਆ ਜਦੋਂ ਤੁਸੀਂ ਆਪਣੇ ਜਾਬਤੇ ਨੂੰ ਆਪਣੇ ਜਿਹੜਾ ਤੁਹਾਡਾ ਘੇਰਾ ਉਹਨੂੰ ਇੰਨਾ ਵਿਸ਼ਾਲ ਕਰ ਲਿਆ ਔਰ ਆਪਣੀ ਆਪਣੇ ਆਪ ਨੂੰ ਇੰਨਾ ਕੁ ਮਜ਼ਬੂਤ ਕਰ ਲਿਆ ਕਿ ਸਿਆਸੀ ਧਿਰਾਂ ਜਿਹੜੀਆਂ ਕੱਲ੍ਹ ਤੱਕ ਕਹਿੰਦੀਆਂ ਸੀ ਬਿਲਕੁਲ ਕਿਸਾਨੀ ਬਿੱਲ ਜਿਹੜੇ ਨੇ ਬਿਲਕੁਲ ਸਹੀ ਨੇ ਉਹ ਬੋਲਣ ਤੋਂ ਸੰਕੋਚ ਕਰ ਰਹੀਆਂ ਨੇ, ਉਹ ਮੂੰਹ ਨਹੀਂ ਖੋਲਦੀਆਂ, ਉਹ ਕਹਿੰਦੀਆਂ ਨਹੀਂ ਖਾਮੋਸ਼ੀ ਠੀਕ ਹੈ ਜੀ। ਤੇ ਫਿਰ ਭਾਈ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਅੰਦਰ ਵਾਕਿਆ ਹੀ ਕਿਤੇ ਐਸੀ ਕੋਈ ਧਾਰਨਾ ਆ ਗਈ ਆ, ਅਜੇ 26 ਜਨਵਰੀ ਨੂੰ ਬੜੇ ਦਿਨ ਪਏ ਨੇ, ਅਜੇ 11 ਦਿਨ ਪਏ ਨੇ ਜੋ ਤੁਸੀਂ ਪਲਾਨ ਕਰਨਾ। ਇਹ ਵੀ ਗੱਲ ਹੈ ਕਿ ਜੇ ਤੁਸੀਂ ਸਾਰਾ ਕੁਝ ਪਹਿਲਾਂ ਹੀ ਸਰਕਾਰਾਂ ਨੂੰ ਦੱਸ ਦਿਓਗੇ ਤੇ ਫਿਰ ਉਹਨਾਂ ਦੇ ਲਈ ਰਾਹ ਦੇ ਵਿੱਚ ਰੋੜੇ ਖੜੇ ਕਰਨੇ ਸੌਖੇ ਹੋ ਜਾਂਦੇ ਨੇ। ਨਹੀਂ ਸਰਦਾਰ ਜੀ, ਰੋੜੇ ਨਹੀਂ, ਦੇਖੋ ਗਵਰਨਮੈਂਟ ਕੋਈ ਬਗਾਨੀ ਨਹੀਂ ਹੁੰਦੀ ਜੀ, ਇਹ ਸ਼ਬਦ ਕਿਸੇ ਨੂੰ ਹਜ਼ਮ ਨਹੀਂ ਹੋਣਾ, ਸਰਕਾਰਾਂ ਅਸੀਂ ਚੁਣਦੇ ਹਾਂ, ਬਗਾਨੀ ਨਹੀਂ ਹੁੰਦੀ, ਲੇਕਿਨ ਬਗਾਨੀ ਨਜ਼ਰ ਆ ਰਹੀ ਹੈ। ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕਰਨ ਲਈ ਹੀ ਅੰਦੋਲਨ ਦੀ ਰੂਪ ਰੇਖਾ ਜਨਤਕ ਕੀਤੀ ਜਾਂਦੀ, ਬਿਲਕੁਲ 26 ਜਨਵਰੀ ਦਾ ਪ੍ਰੋਗਰਾਮ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕਰਨ ਲਈ ਹੀ ਜਨਤਕ ਕੀਤਾ ਗਿਆ ਕਿ ਤਾਂ ਕਿ ਗਵਰਨਮੈਂਟ ਨੂੰ ਇਹ ਪਤਾ ਲੱਗੇ ਕਿ ਸਾਡੇ ਏਡੇ ਵੱਡੇ ਈਵੈਂਟ ਤੇ ਭਾਰਤ ਗਣਰਾਜ ਹੈ ਇਹਦੇ ਗਣਤੰਤਰ ਦਿਵਸ ਦੇ ਉੱਤੇ ਜਦੋਂ ਕਿਸਾਨ ਸਮਾਨਾਂਤਰ ਮਤਲਬ ਕਿਲੋਮੀਟਰਾਂ ਦੀ ਲਾਈਨ ਚ ਚੱਲਣਗੇ ਦੁਨੀਆਂ ਭਰ ਚ ਇੱਕ ਮੈਸੇਜ ਆਊਗਾ। ਦੋ ਗੱਲਾਂ, ਜਿਸ ਦਿਨ ਇੱਕ ਇਹ ਖਿਆਲ ਆਇਆ ਸੀ ਕਿ ਇਹਦੇ ਅੱਗੇ ਤਿਰੰਗਾ ਲਾ ਕੇ ਚੱਲਿਆ ਜਾਵੇ ਜੀ, ਉਹਦੇ ਨਾਲ ਇੱਕ ਹੋਰ ਖਿਆਲ ਆਇਆ ਸੀ ਕਿ ਤੁਸੀਂ ਤਿਰੰਗੇ ਤੇ ਪਾਣੀ ਦੀਆਂ ਬਿਸ਼ਾਰਾਂ ਕਿਵੇਂ ਕਰੋਗੇ। ਬਿਲਕੁਲ, ਦੂਜਾ ਸਵਾਲ ਆ ਜਦੋਂ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਤੁਸੀਂ ਅੰਦੋਲਨ ਕਰ ਸਕਦੇ ਹੋ, ਤੀਜੀ ਗੱਲ ਕਿ ਇਸ ਅੰਦੋਲਨ ਲਈ ਇਜਾਜ਼ਤ ਫਿਰ ਕੋਰਟ ਕੋਲ ਲੈਣੀ ਪਊਗੀ। ਮੰਨ ਲਓ ਜੇਕਰ ਮਾਨਯੋਗ ਅਦਾਲਤ ਕਹਿੰਦੀ ਤੁਸੀਂ ਪੁਲਿਸ ਕੋਲ ਇਜਾਜ਼ਤ ਚਲੋ, ਮੇਰਾ ਕਹਿਣ ਦਾ ਮਤਲਬ ਹੈ ਕਿ ਦਿੱਲੀ ਦੇ ਵਿੱਚ ਦਾਖਲ ਹੋਣ ਲਈ ਟਰੈਕਟਰ ਕੀ ਅਖਤਿਆਰਾਤ ਹੈ, ਕੀ ਟਰੈਕਟਰ ਨੂੰ ਦਿੱਲੀ ਚ ਦਾਖਲ ਹੋਣ ਦੀ ਪਰਮਿਸ਼ਨ ਹੈ, ਜੇ ਇਹਨੂੰ ਆਧਾਰ ਬਣਾ ਕੇ ਰੋਕਿਆ ਜਾਂਦਾ ਹੈ ਫਿਰ ਕੀ ਕਿਸਾਨ ਆਗੂ ਇਸ ਤੋਂ ਪਹਿਲਾਂ ਇਹਦੀ ਪਰਮਿਸ਼ਨ ਰੂਟ ਪਲਾਨ ਤੇ ਲੈਣਗੇ, ਕੋਈ ਰੂਟ ਪਲਾਨ ਕਰਕੇ ਉਸ ਤੋਂ ਬਾਅਦ ਪਰਮਿਸ਼ਨ ਲਈ ਦਿੱਲੀ ਪੁਲਿਸ ਕੋਲ ਜਾਣਗੇ? ਜੇ ਦਿੱਲੀ ਪੁਲਿਸ ਨਹੀਂ ਮੰਨਦੀ ਕਿਉਂਕਿ ਉਹ ਕੇਂਦਰ ਦੇ ਅੰਡਰ ਹੈ, ਫਿਰ ਇਹਦਾ ਮਤਲਬ ਜਾ ਚੁੱਕੀ ਹੈ ਅਦਾਲਤ ਚ, ਫਿਰ ਹਾਂ ਉਹ ਜਾ ਚੁੱਕੀ ਹੈ, ਕੀ ਇਸ ਤੋਂ ਬਾਅਦ ਜਿਹੜੇ ਵੀ ਆਪਣੇ ਲੀਡਰ ਆ ਉਹ ਕਹਿ ਚੁੱਕੇ ਅਸੀਂ ਅਦਾਲਤ ਚ ਨਹੀਂ ਜਾਣਾ, ਕੀ ਇਸ ਮਾਮਲੇ ਚ ਉਹ ਅਦਾਲਤ ਚ ਜਾਣਗੇ? ਫਿਰ ਦੋ ਪਹਿਲੂ ਨੇ, ਜਦੋਂ ਪੁਲਿਸ ਤੁਹਾਨੂੰ ਪਰਮਿਟ ਨਹੀਂ ਕਰ ਰਹੀ, ਤੁਹਾਨੂੰ ਆਗਿਆ ਨਹੀਂ ਦਿੱਤੀ ਜਾ ਰਹੀ, ਇਹ ਕਿਹਾ ਜਾਂਦਾ ਕਿ ਟਰੈਕਟਰ ਜਾਂ ਕੋਈ ਹੋਰ ਸਾਧਨ ਦਿੱਲੀ ਚ ਨਹੀਂ ਜਾ ਸਕਦਾ, ਇਹਦਾ ਮਤਲਬ ਟਕਰਾਅ ਹੋਊਗਾ, ਸਹੀ ਗੱਲ, ਪੁਲਿਸ ਨਾਲ ਟਕਰਾਅ ਚ ਨੁਕਸਾਨ ਹੋਣ ਦੀ ਸੰਭਾਵਨਾ ਬਹੁਤ ਹੁੰਦੀ, ਕੀ ਸ਼ਾਂਤਮਈ ਅੰਦੋਲਨ ਤੇ ਸ਼ਾਂਤਮਈ ਤੇ ਫਿਰ ਤੁਸੀਂ ਉੱਥੇ ਵੀ ਚੰਗੇ ਬੈਠੇ ਹੋ ਜੀ, ਸ਼ਾਂਤਮਈ ਤੇ ਤੁਹਾਡਾ ਜਿਹੜਾ ਉੱਥੇ ਬਹਿਣਾ ਆ, ਦੇਖੋ ਬੈਰੀਕੇਡ ਤੇ ਅੱਜ ਵੀ ਉੱਥੇ ਪੁਲਿਸ ਦੇ ਲੱਗੇ ਨੇ, ਸਭ ਕੁਛ ਹੈ ਉਹਨਾਂ ਦੇ ਪੂਰੇ ਪ੍ਰਬੰਧ ਹੈ, ਤੁਸੀਂ ਅੱਜ ਤੁਹਾਡੀ ਪਹਿਚਾਣ ਜਿਹੜੀ ਤੁਹਾਡੀ ਮਜ਼ਬੂਤੀ ਜਿਹੜੀ ਆ ਜਾਂ ਤੁਹਾਡਾ ਦਬਾਅ ਜਿਹੜਾ ਉੱਥੇ ਬਹਿਣਾ ਵੀ ਤਾਂ ਤੁਹਾਡਾ ਦਬਾਅ ਆ। ਲੇਕਿਨ ਸਰਦਾਰ ਜੀ ਦੇਖੋ ਦੋ ਪਹਿਲੂ ਨੇ, ਦੋ ਲੜਾਈਆਂ ਨੇ, ਇੱਕ ਤਾਂ ਤੁਸੀਂ ਕਿੰਨੀ ਕੁ ਦੇਰ ਆਪਣੀ ਫਿਜ਼ੀਕਲ ਤਾਕਤ ਨਾਲ ਸਰਕਾਰਾਂ ਤੇ ਅਸਰ ਪਾ ਸਕਦੇ ਹੋ ਜੀ, ਕਿੰਨੀ ਕੁ ਦੇਰ ਤੁਸੀਂ 5-5, 7-7 ਕਿਲੋਮੀਟਰ ਤੋਂ ਟਰੈਕਟਰ ਮੰਗਾ ਸਕਦੇ ਹੋ ਜੀ, ਲੋਕ ਮੰਗਾ ਸਕਦੇ ਹੋ। ਦੂਜਾ ਪਹਿਲੂ ਆ ਰਣਨੀਤਿਕ ਰਾਜਨੀਤਿਕ, ਕਿ ਤੁਹਾਡੀ 32 ਮੈਂਬਰਾਂ ਦੀ ਕਮੇਟੀ ਰੋਜ਼ ਬਹਿ ਕੇ ਆਪਸ ਵਿੱਚ ਸਿਰ ਜੋੜ ਲਏ ਉਹਦੀ ਬਜਾਏ ਜੀ ਤੁਸੀਂ 5-7 ਕਮੇਟੀਆਂ ਬਣਾਓ ਜਿਹੜੀਆਂ ਵੱਖ ਵੱਖ ਪੱਧਰਾਂ ਤੇ ਮਿਲਣ, ਗੱਲ ਹੈ ਵਕੀਲਾਂ ਨੂੰ ਮਿਲਣ, ਅਖਬਾਰੀ ਸੰਪਾਦਕਾਂ ਨੂੰ ਮਿਲਣ, ਵੱਖ ਵੱਖ ਟੀਵੀ ਚੈਨਲਸ ਤੇ ਵਿਹੜਿਆਂ ਚ ਜਾਣ, ਉੱਥੇ ਰਿਕੁਐਸਟ ਕਰਨ, ਆਪਣਾ ਪੱਖ ਰੱਖਣ,
ਇਸ ਤੋਂ ਇਲਾਵਾ ਤੁਸੀਂ ਬਾਕੀ ਦੁਨੀਆ ਦੇਸ਼ ਦੇ ਜਿੰਨੇ ਵੀ ਹਿੱਸੇ ਆ ਉਹਨਾਂ ਚ ਮੁੱਖ ਮੰਤਰੀਆਂ ਨੂੰ ਮੰਤਰੀ ਮੰਡਲ ਨੂੰ ਤੁਸੀਂ ਸੰਘਰਸ਼ੀਲ ਧਿਰਾਂ ਬੈਠੀਆਂ ਨੇ ਤੁਸੀਂ ਜਿਹੜੇ 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 ਬਾਕੀ ਜਿਹੜੇ ਮੁਲਾਜ਼ਮ ਯੂਨੀਅਨ ਨੇ ਬਾਕੀ ਜਿਹੜੇ ਹੋਰ ਲੋਕ ਆ ਦੇਸ਼ ਭਰ ਦੇ ਵਿੱਚ ਆਂਗਣਵਾੜੀਆਂ ਦਾ ਬੜਾ ਤਗੜਾ ਤੁਸੀਂ ਹਰੇਕ ਧਿਰ ਕੋਲ ਕਦੋਂ ਗਏ ਤੁਸੀਂ ਉਹਨਾਂ ਨੂੰ ਆਪਣੀ ਸਪੋਰਟ ਤੇ ਆਉਣ ਲਈ ਕਦੋਂ ਕਿਹਾ ਤੁਹਾਡੇ ਕੋਲ ਸਭ ਤੋਂ ਵੱਡਾ ਨੁਕਤਾ ਹੈ ਕਿ ਦੇਸ਼ ਦਾ ਹਰ ਪ੍ਰਾਣੀ ਅੰਨ ਖਾਂਦਾ ਹੈ ਅਨਾਜ ਖਾਂਦਾ ਹੈ ਅੰਨ ਦਾ ਰਿਸ਼ਤਾ ਅਨਾਜ ਦਾ ਰਿਸ਼ਤਾ ਨਮਕ ਦਾ ਰਿਸ਼ਤਾ ਥਾਲੀ ਦਾ ਰਿਸ਼ਤਾ ਇਹ ਕਿਸਾਨ ਨਾਲ ਤੁਸੀਂ ਕਿੰਨੀ ਕੁ ਵਾਰੀ ਇਹਦੇ ਲਈ ਐਫਰਟਸ ਲਾਏ ਸਵਾਲ ਇਹ ਬਿਲਕੁਲ ਤੁਸੀਂ ਪੰਜਾਬ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਕਰੋੜਾਂ ਰੁਪਈਏ ਖਰਚ ਕੇ ਟਰੈਕਟਰ ਮਾਰਚ ਬਾਰ ਬਾਰ ਨਹੀਂ ਕਰ ਸਕਦੇ ਸਹੀ ਗੱਲ ਤੁਸੀਂ ਬਾਰ ਬਾਰ ਲੋਕਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਇੱਥੇ ਆਈ ਜਾਓ ਗਾਂ ਨੂੰ ਤੁਹਾਨੂੰ ਇਹਦੇ ਤੌਰ ਤਰੀਕੇ ਵੀ ਬਦਲਨੇ ਪੈਣੇ ਸਹੀ ਗੱਲ ਗਵਰਨਮੈਂਟ ਤੇ ਪ੍ਰੈਸ਼ਰ ਪਾਉਣ ਲਈ ਤੁਹਾਨੂੰ ਆਪਣੇ ਨੁਮਾਇੰਦੇ ਵਿਦੇਸ਼ਾਂ ਚ ਵੀ ਖੜੇ ਕਰਨੇ ਪੈਣਗੇ ਸੋ ਸਵਾਲ ਇਹ ਆ ਸਰਦਾਰ ਸਾਹਿਬ ਕਿ ਜਦੋਂ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਗਣਤੰਤਰ ਦਿਵਸ ਦੀ ਪਰੇਡ ਮੌਕੇ ਆਉਣ ਤੋਂ ਮਨਾ ਕਰਦਾ ਹੈ ਇਹ ਕਹਿ ਕੇ ਕਰੋਨਾ ਦਾ ਸੰਕੇਤ ਸਾਫ ਸੀ ਕਿ ਉਹਨਾਂ ਦੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਇਹ ਕਹਿ ਰਹੇ ਆ ਕਿ ਉੱਥੇ ਕਿਸਾਨੀ ਅੰਦੋਲਨ ਹੈ ਸਾਡਾ ਚਿਹਰਾ ਠੀਕ ਨਹੀਂ ਜਾਊਗਾ ਜੇ ਅਸੀਂ ਇਸ ਮੌਕੇ ਤੇ ਕਿਸਾਨੀ ਅੰਦੋਲਨ ਨੂੰ ਇਗਨੋਰ ਕਰਦੇ ਹਾਂ ਦੇਸ਼ ਦੇ ਸ਼ਾਸਕ ਨੂੰ ਪਤਾ ਹੈ ਦੇਸ਼ ਦੇ ਰਾਜਕਰਦੀ ਧਿਰ ਨੂੰ ਪਤਾ ਹੈ ਬਿਲਕੁਲ ਕਿ ਇਹ ਕੀ ਹੋ ਰਿਹਾ ਬ੍ਰਿਟਿਸ਼ ਦੇ ਪ੍ਰਧਾਨ ਮੰਤਰੀ ਨੇ ਨਾਂਹ ਕਿਉਂ ਕੀਤੀ ਕਿੱਥੇ ਕਿੱਥੇ ਵਿਰੋਧ ਹੋ ਰਿਹਾ UNO ਦੇ ਬਾਹਰ ਵੀ ਗੱਲ ਹੋਈ ਆ ਸਫਾਰਤਖਾਨਿਆਂ ਦੇ ਬਾਹਰ ਹੋਈ ਆ ਉਹਨਾਂ ਨੂੰ ਪਤਾ ਹੈ ਉਹਨਾਂ ਕੋਲ ਰਿਪੋਰਟਾਂ ਨੇ ਸਵਾਲ ਇਹ ਆ ਕਿ ਤੁਸੀਂ ਇਸ ਵੇਗ ਨੂੰ ਤੀਬਰ ਕਿਵੇਂ ਕਰ ਸਕਦੇ ਹੋ ਸੰਵਿਧਾਨਕ ਦਾਇਰਿਆਂ ਚ ਤੁਸੀਂ ਟਕਰਾਅ ਦੀ ਸਥਿਤੀ ਚ ਜਾਣ ਨਾਲੋਂ ਕਿਸੇ ਹੋਰ ਤੌਰ ਤਰੀਕੇ ਨਾਲ ਕਿਵੇਂ ਅੱਗੇ ਵੱਧ ਸਕਦੇ ਹੋ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਕਿਉਂ ਨਹੀਂ ਰੱਖਦੇ ਤੁਸੀਂ ਵੱਡੇ ਵਕੀਲਾਂ ਨਾਲ ਉੱਥੇ ਸ਼ਾਮਿਲ ਕਿਉਂ ਨਹੀਂ ਹੁੰਦੇ ਤੁਹਾਡੇ ਵਕੀਲ ਉਸ ਦਿਨ ਜਾਣੇ ਚਾਹੀਦੇ ਸੀ ਤੁਹਾਡੇ ਵਕੀਲ ਉੱਥੇ ਜਦੋਂ ਕਮੇਟੀ ਸਾਹਮਣੇ ਆਉਂਦੀ ਆ ਉੱਥੇ ਵਿਰੋਧ ਕਰ ਸਕਦੇ ਸੀ ਹਰ ਲੜਾਈ ਨੂੰ ਹਰ ਮੰਚ ਤੋਂ ਲੜਨਾ ਪਊਗਾ ਹਰ ਜਗ੍ਹਾ ਤੋਂ ਲੜਨਾ ਪਊਗਾ ਬਹੁਤ ਦੇਰ ਤੱਕ ਇੱਕ ਸਿੰਪਤੀ ਦੀ ਲਹਿਰ ਤੇ ਨਹੀਂ ਖੜਿਆ ਜਾ ਸਕਦਾ ਤੁਹਾਨੂੰ ਵਿਚਾਰਧਾਰਕ ਤੌਰ ਤੇ ਮਜ਼ਬੂਤ ਹੋਣਾ ਪਊਗਾ ਇਹ ਪੱਖ ਬੜੇ ਜ਼ਰੂਰੀ ਹੈ ਸਾਡੇ ਸੰਕਟ ਇਹ ਰਹੇ ਆ ਖਾਸ ਤੌਰ ਤੇ ਜਿਹੜੇ ਪੰਜਾਬ ਤੇ ਸਿੱਖ ਮਸਲਿਆਂ ਦੇ ਸੰਕਟ ਰਹੇ ਆ ਕਿ ਲੀਡਰਸ਼ਿਪ ਆਖਰੀ ਮੂਮੈਂਟ ਤੇ ਫੇਲ ਹੋ ਜਾਂਦੀ ਰਹੀ ਆ ਅਸੀਂ ਅਰਦਾਸ ਕਰਦੇ ਹਾਂ ਆਸ ਕਰਦੇ ਹਾਂ ਕੁਛ ਨਹੀਂ ਐਸਾ ਵਾਪਰਨ ਵਾਲਾ ਕਿਉਂਕਿ ਇਹ ਸਿਆਣੇ ਬੰਦੇ ਆ ਪਰ ਆਉਟਪੁੱਟ ਤਾਂ ਕਰਨੇ ਬਣਦੇ ਆ ਤੁਸੀਂ ਬਾਹਰੋਂ ਆਉਣ ਵਾਲੇ ਵਿਚਾਰ ਦੇ ਅੱਗੇ ਦਰਵਾਜ਼ਾ ਨਹੀਂ ਬੰਦ ਕਰ ਸਕਦੇ ਤੁਸੀਂ ਹੱਥ ਨਹੀਂ ਡਾ ਸਕਦੇ ਕਿ ਦੂਜਾ ਵਿਚਾਰ ਲੈਣਾ ਹੀ ਨਹੀਂ ਸੋ ਤੁਹਾਨੂੰ ਵਿਚਾਰਵਾਨਾਂ ਦੀ ਰਾਏ ਵੀ ਲੈਣੀ ਚਾਹੀਦੀ ਹੈ ਸਰਦਾਰ ਸਾਹਿਬ ਇਹ ਬੜੇ ਜ਼ਰੂਰੀ ਪਹਿਲੂ ਆ ਬਿਲਕੁਲ ਦੇਖੋ ਤੁਸੀਂ ਹੁਣ ਜੋ ਕੁਛ ਹੈ ਆਪਣੇ ਆਪ ਨੂੰ ਜਦੋਂ ਜਿੱਦਾਂ ਕਹਿ ਰਹੇ ਨੇ ਰਾਜੇਵਾਲ ਸਾਹਿਬ ਜੀ ਇਹ ਅਸਲੀ 26 ਜਨਵਰੀ ਦੀ ਰੂਪ ਰੇਖਾ ਤੇ ਲਾਗੇ ਜਾ ਕੇ ਹੋਣੀ ਹੈ ਜੇ ਲਾਗੇ ਜਾ ਕੇ ਹੋਣੀ ਹੈ ਫਿਰ ਤੁਹਾਨੂੰ ਪਹਿਲਾਂ ਹੀ ਅਗਾਉਂ ਕੋਈ ਐਸਾ ਕਦਮ ਨਹੀਂ ਚੁੱਕਣਾ ਚਾਹੀਦਾ ਜੀ ਤੁਸੀਂ ਬੈਠੋ ਔਰ ਜੋ ਤੁਸੀਂ ਰੂਪ ਰੇਖਾ ਬਣਾਉਣੀ ਆ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਜੀ ਕਿ ਘਰਾਓ ਵੀ ਹੋਣਗੇ ਲੀਡਰਸ਼ਿਪ ਦੇ ਘਰਾਓ ਨੇ ਸਰਕਾਰੀ ਅਦਾਰਿਆਂ ਦਾ ਘਰਾਓ ਕਰਾਂਗੇ ਲੇਕਿਨ ਉਹਦੇ ਨਾਲ ਕਿਉਂਕਿ ਸਾਰੀ ਮੈਨ ਪਾਵਰ ਤੇ ਤੁਹਾਡੀ ਉੱਧਰ ਜਾ ਰਹੀ ਹੈ ਸਾਰੀ ਮੈਨ ਪਾਵਰ ਤੁਹਾਡੀ ਉੱਧਰ ਜਾ ਰਹੀ ਆ ਤੁਹਾਡੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਵੀ ਤੁਸੀਂ ਘਰਾਓ ਕਰਨਾ ਚਾਹੁੰਦੇ ਹੋ ਹਰ ਪਾਸੇ ਕਰਨਾ ਚਾਹੁੰਦੇ ਹੋ ਲੇਕਿਨ ਉਸ ਤੋਂ ਪਹਿਲਾਂ ਤੁਸੀਂ ਜਿਹੜੀ ਗੱਲ ਮਜ਼ਬੂਤੀ ਨਾਲ ਕਰਨੀ ਆ ਉਹ ਆਪਣੇ ਇਸ ਜਿਹੜਾ ਤੁਹਾਡੇ ਸਾਹਮਣੇ ਜੋ ਤੁਹਾਡੀ ਚੁਣੌਤੀ ਤੁਹਾਨੂੰ ਮਿਲੀ ਹੋਈ ਆ ਉਹਦੀ ਗੱਲ ਜਿਹੜੀ ਆ ਉਹ ਦਲੀਲ ਪੂਰਵਕ ਪੂਰੇ ਸੰਸਾਰ ਦੇ ਸਾਹਮਣੇ ਰੱਖੋ ਬਿਲਕੁਲ ਠੀਕ ਹੈ ਕੋਈ ਇੱਕ ਬੁਲਾਰਾ ਜ਼ਰੂਰ ਲੱਭੋ ਜਿਹੜਾ ਕਿਤੇ ਦੇਰ ਸਵੇਰ ਅੰਗਰੇਜ਼ੀ ਦੇ ਵਿੱਚ ਭਾਸ਼ਣ ਦਿਆ ਕਰੇ ਜੀ ਸੰਸਾਰ ਦੇ ਲੋਕਾਂ ਨੂੰ ਦੱਸੇ ਕਿਉਂਕਿ ਬਹੁਤੇ ਚੈਨਲਾਂ ਨੇ ਤੇ ਤੁਹਾਡਾ ਉਹਨਾਂ ਦੀ ਕਟਿੰਗ ਕਰ ਦੇਣੀ ਹੈ ਫਿਰ ਜੀ ਜੀ ਜਾਂ ਤੁਸੀਂ ਆਪਣਾ ਸੋਸ਼ਲ ਮੀਡੀਆ ਰੱਖਿਆ ਪੰਜਾਬੀ ਵਰਤ ਰਹੇ ਹੋ ਹਿੰਦੀ ਵਰਤੇ ਹੋ ਤੇ ਫਿਰ ਭਾਈ ਅੰਗਰੇਜ਼ੀ ਵੀ ਸ਼ੁਰੂ ਕਰ ਲਓ ਹੁਣ ਸਰਦਾਰ ਸਾਹਿਬ ਦੋ ਪਹਿਲੂ ਹੋਰ ਵੀ ਆ ਜ਼ਰੂਰੀ ਨਹੀਂ ਹੁੰਦਾ ਕਿ ਹਰ ਦਿਨ ਪ੍ਰੈਸ ਕਾਨਫਰੰਸ ਹੋਵੇ ਹਾਂ ਤੁਸੀਂ ਕੋਈ ਪ੍ਰੈਸ ਨੋਟ ਵੀ ਰਿਲੀਜ਼ ਕਰ ਸਕਦੇ ਹੋ ਬਿਲਕੁਲ ਤੁਸੀਂ ਜਦੋਂ ਮੀਟਿੰਗ ਕਰਦੇ ਹੋ ਅੰਦਰ ਤੁਸੀਂ ਕਿਉਂਕਿ ਇੱਕ ਨੁਕਤੇ ਦਾ ਹੀ ਬੜਾ ਅਸਰ ਹੁੰਦਾ ਹਾਂ ਤੁਸੀਂ ਅੰਦਰੋਂ ਫੈਸਲਾ ਕਰਕੇ 5-7-10 ਲਾਈਨਾਂ ਦਾ ਆਪਣਾ ਵਿਊ ਪੁਆਇੰਟ ਭੇਜ ਸਕਦੇ ਬਿਲਕੁਲ ਇਹ ਇੱਕ ਬਹੁਤ ਵੱਡਾ ਸਵਾਲ ਆ ਕਿ ਜਦੋਂ ਅੰਦੋਲਨ ਸਿਖਰ ਤੇ ਆ ਇੱਕ ਵੀ ਸ਼ਬਦ ਇੱਕ ਵੀ ਗਲਤੀ ਭਾਰੀ ਪੈਂਦੀ ਹੈ ਸਹੀ ਗੱਲ ਤੁਹਾਡਾ ਜਿਹੜਾ ਸ਼ਰੀਕ ਹੈ ਤੁਹਾਡਾ ਜਿਹੜਾ ਵਿਰੋਧੀ ਆ ਤੁਹਾਡੇ ਜਿਹੜੇ ਦੂਜੀ ਧਿਰ ਚ ਖਲੋਤਾ ਵਿਅਕਤੀ ਆ ਉਹਦੇ ਸਾਰੇ ਦੇ ਸਾਰੇ ਰਿਸੋਰਸ ਲੱਗੇ ਹੋਣਗੇ ਕਿ ਇਹਨਾਂ ਦੀ ਹਰੇਕ ਮੂਵਮੈਂਟ ਤੇ ਨਜ਼ਰ ਰੱਖ ਕੇ ਨੋਟਿਸ ਲਿਆ ਜਾਵੇ ਠੀਕ ਹੈ ਜੀ ਬਕਾਇਦਾ ਹਰ ਚੀਜ਼ ਦਾ ਨੋਟਿੰਗ ਹੋ ਰਹੀ ਹੋਊਗੀ ਤੁਸੀਂ ਖੁੱਲੇ ਚ ਕਿਵੇਂ ਬੋਲ ਸਕਦੇ ਹੋ ਤੁਸੀਂ ਹੁਣ ਪਿੰਡ ਦੀ ਸੱਥ ਚ ਨਹੀਂ ਬੋਲ ਰਹੇ ਤੁਸੀਂ ਇੱਕ ਬਹੁਤ ਵੱਡੀ ਲੜਾਈ ਨੂੰ ਅੱਗੇ ਲੈ ਕੇ ਤੁਸੀਂ ਹੁਣ ਤੁਹਾਡੀ ਇੱਕ ਲੀਡਰਸ਼ਿਪ ਜਿਹੜੀ ਆ ਉਹ ਟਿਕਰੀ ਤੋਂ ਬੋਲ ਰਹੀ ਹੈ ਜੀ ਆਖਿਰਕਾਰ ਉਸ ਲੀਡਰਸ਼ਿਪ ਨੂੰ ਵੀ ਨਾਲ ਬਿਠਾਉਣਾ ਤੁਹਾਡਾ ਫਰਜ਼ ਹੈ ਜੀ ਘੱਟੋ ਘੱਟ ਤੁਸੀਂ ਤੇ ਸਾਰੇ ਇੱਕ ਮੰਚ ਤੇ ਬੈਠੋ ਇੱਕ ਲੀਡਰਸ਼ਿਪ ਕੁੰਡਲੀ ਬਾਰਡਰ ਤੇ ਬੈਠੀ ਆ ਸਿੰਘੂ ਬਾਰਡਰ ਤੇ ਦੋ ਤਿੰਨ ਸਟੇਜਾਂ ਲੱਗੀਆਂ ਹੋਈਆਂ ਨੇ
ਆਖਰ ਕਿਉਂ ਨਹੀਂ ਉਪਰਾਲੇ ਕੀਤੇ ਗਏ ਕਿ ਇਸ ਮੰਚ ਨੂੰ ਇੱਕੋ ਕੀਤਾ ਜਾਏ ਜੀ, ਕਰਨਾ ਬਣਦਾ ਹੈ। ਤੁਸੀਂ ਭਾਵੇਂ 20 ਕਿਲੋਮੀਟਰ ਦੇ ਏਰੀਏ ਦੇ ਵਿੱਚ ਬੈਠੋ ਜਿੰਨੇ ਵੀ ਲੋਕ ਸ਼ਾਮਲ ਨੇ, ਲੇਕਿਨ ਲੀਡਰਸ਼ਿਪ ਜਿਹੜੀ ਆ ਉਹ ਇੱਕ ਮੰਚ ਦੇ ਉੱਤੇ ਔਰ ਲਿਆਓ, ਔਰ ਉਸ ਲੀਡਰਸ਼ਿਪ ਨੂੰ ਬਾਰ ਬਾਰ ਕਹਿ ਰਹੇ ਕਿ ਸਵੈ ਜਾਪਤੇ 'ਚ, ਇਸ ਲਈ ਤੁਹਾਡੀ ਵੱਲੋਂ ਕਹੀ ਗਈ ਗੱਲ ਤੁਹਾਡੇ ਆਪਣੇ ਕਿਸੇ ਲੀਡਰ ਦੇ ਖਿਲਾਫ ਬਹੁਤ ਜ਼ਿਆਦਾ ਘਾਤਕ ਹੋਏਗੀ। ਇੱਕ ਵਾਰੀ ਫਿਰ ਮੈਂ ਮੁੱਦੇ 'ਤੇ ਆਵਾਂ ਕਿ ਸਰਦਾਰ ਭੁਪਿੰਦਰ ਸਿੰਘ ਮਾਨ ਆਪਣੇ ਸਨਮਾਨ ਨੂੰ ਬਹਾਲ ਰੱਖਣ 'ਚ ਕਾਮਯਾਬ ਰਹੇ ਨੇ। ਜਿੰਨੀ ਵੱਡੀ ਆਲੋਚਨਾ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਪਿਛਲੇ ਕੁਝ ਘੰਟਿਆਂ ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਨੇ ਬੜੇ ਭਾਵਪੂਰਤ ਸ਼ਬਦਾਂ ਦੇ ਵਿੱਚ ਪੰਜਾਬੀਆਂ ਨਾਲ ਖਲੋਣ ਦਾ ਵਾਅਦਾ ਕਰਦਿਆਂ ਅਸਮਰਥਾ ਜ਼ਾਹਰ ਕੀਤੀ ਆ ਕਮੇਟੀ ਦਾ ਮੈਂਬਰ ਬਣੇ ਰਹਿਣ ਤੋਂ। ਔਰ ਇਹ ਸਭ ਤੋਂ ਵੱਡੀ ਸੱਤਾ ਧਾਰੀ ਧਿਰ ਜਿਹੜੀ ਪੰਜਾਬ 'ਚ ਰਾਜ ਕਰ ਰਹੀ ਆ ਉਹਦੇ ਲਈ ਵੀ ਰਾਹਤ ਹੋਊਗੀ, ਕਿਉਂਕਿ ਭੁਪਿੰਦਰ ਸਿੰਘ ਮਾਨ ਦੀ ਐਸੋਸੀਏਸ਼ਨ ਇਸ ਧਿਰ ਦੇ ਨਾਲ ਦੇਰ ਤੋਂ ਜੁੜਦੀ ਆ ਰਹੀ ਆ। ਅਤੇ ਤੀਜਾ ਸਵਾਲ ਕਿ ਬਹੁਤ ਅਹਿਮ ਜਾਣਕਾਰੀ ਹੈ ਕਿ ਇਹਦੇ ਵਿੱਚ ਵੀ ਉਸ ਧਿਰ ਦੇ ਦੋ ਵਜ਼ੀਰਾਂ ਦਾ ਰੋਲ ਬੜਾ ਵੱਡਾ ਰਿਹਾ, ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਦੋ ਵਜ਼ੀਰ ਲਗਾਤਾਰ ਇਸ ਗੱਲ ਲਈ ਸਰਗਰਮ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਭੁਪਿੰਦਰ ਸਿੰਘ ਮਾਨ ਆਪਣਾ ਸਟੈਂਡ ਸਪਸ਼ਟ ਕਰਨ ਤਾਂ ਕਿ ਸਥਿਤੀ ਕਲੀਅਰ ਹੋ ਸਕੇ। ਸੋ ਇਸ ਵੇਲੇ ਭੁਪਿੰਦਰ ਸਿੰਘ ਮਾਨ ਉਸ ਕਮੇਟੀ ਦਾ ਹਿੱਸਾ ਨਹੀਂ ਰਹੇ, ਖਾਸ ਤੌਰ 'ਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਸੋਮਵਾਰ ਵਾਲੇ ਦਿਨ ਫਿਰ ਤੋਂ ਸੁਣਵਾਈ ਹੋਣੀ ਹੈ ਉਹਨਾਂ ਦੋ ਪਟੀਸ਼ਨਾਂ ਦੀ, ਜਿਹਦੇ ਵਿੱਚ ਇੱਕ 'ਚ ਗਵਰਨਮੈਂਟ ਆਫ ਇੰਡੀਆ ਨੇ ਹਲਫਨਾਮਾ ਦਾਇਰ ਕਰਨਾ ਕਿ ਅੰਦੋਲਨ ਦੇ ਵਿੱਚ ਜਿਹੜੇ ਅਨਸਰਾਂ ਦਾ ਜ਼ਿਕਰ ਹੋ ਰਿਹਾ ਕਿ ਖਾੜਕੂ ਗਰਮ ਖਿਆਲੀ ਉਸ ਤਰ੍ਹਾਂ ਦੀ ਗੱਲ ਹੋ ਰਹੀ ਹੈ, ਅਤੇ ਦੂਜਾ ਜਿਹੜਾ ਮਸਲਾ 26 ਤਰੀਕ ਵਾਲੇ ਦਿਨ ਟਰੈਕਟਰ ਮਾਰਚ ਦਾ ਉਹਨੂੰ ਲੈ ਕੇ ਉੱਤੇ ਸੁਣਵਾਈ ਹੋਣੀ ਆ। ਕੀ ਇਸ ਮੌਕੇ ਦੇ ਉੱਤੇ ਇੱਕ ਮੈਂਬਰ ਛੱਡਣ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਗਈ 4 ਮੈਂਬਰੀ ਕਮੇਟੀ ਦਾ 3 ਮੈਂਬਰਾਂ 'ਚ ਰਹਿ ਜਾਣਾ, ਇਹਦੇ ਉੱਤੇ ਵੀ ਦੁਬਾਰਾ ਸੁਪਰੀਮ ਕੋਰਟ ਗੱਲ ਕਰੂਗੀ, ਸਥਿਤੀ ਬਣ ਸਕਦੀ ਹੈ ਕਿ ਨਹੀਂ ਇਹ ਦੇਖਣਾ ਹੋਊਗਾ। ਔਰ ਇਸ ਤੋਂ ਅਗਲੀ ਗੱਲ ਕਿ ਕੀ ਕਿਸਾਨ ਜਥੇਬੰਦੀਆਂ ਸੰਘਰਸ਼ ਦੀ ਅਗਵਾਈ ਕਰ ਰਹੇ ਲੀਡਰ ਉਹ ਆਪਸੀ ਇਤਫਾਕ ਨਾਲ ਤੁਰ ਸਕਣਗੇ, ਆਪਸੀ ਵਿਚਾਰਧਾਰਕ ਵਖਰੇਵਿਆਂ ਨੂੰ ਕਿਸੇ ਅੰਦਰ ਬਹਿ ਕੇ ਮੰਚ ਤੋਂ ਐਡਰੈਸ ਕਰ ਸਕਣਗੇ ਕਿ ਨਹੀਂ? ਸਟੇਜਾਂ ਤੋਂ ਹੁੰਦੀਆਂ ਗੱਲਾਂ, ਕੈਮਰਿਆਂ ਦੇ ਮੂਹਰੇ ਹੁੰਦੇ ਭਾਸ਼ਣ, ਇਹਨਾਂ ਦੇ ਵਿੱਚੋਂ ਬਹੁਤ ਕੁਛ ਐਸੀ ਸੁਗੰਧ ਆ ਰਹੀ ਆ, ਦੁਰਗੰਧ ਆ ਰਹੀ ਆ, ਬਦਬੂ ਆ ਰਹੀ ਆ ਕਿ ਇੱਥੇ ਆਪਸੀ ਵਖਰੇਵੇਂ ਵੱਧ ਰਹੇ ਆ। 26 ਤਰੀਕ ਨੂੰ ਲੈ ਕੇ ਅਜੇ ਨਿਯਮਤ ਪ੍ਰੋਗਰਾਮ ਤੈਅ ਨਹੀਂ ਹੋਇਆ, ਟਰੈਕਟਰ ਮਾਰਚ ਨੂੰ ਲੈ ਕੇ ਅਜੇ ਕਾਫੀ ਕੁਝ ਦੱਸਣਾ ਬਾਕੀ ਆ। ਕਿਸਾਨ ਜਥੇਬੰਦੀਆਂ ਸੁਪਰੀਮ ਕੋਰਟ ਦੇ ਵਿੱਚ ਅੱਗੇ ਵਧਣਗੀਆਂ ਕਿ ਨਹੀਂ ਵਧਣਗੀਆਂ, ਔਰ ਜਿਹੜੀ 15 ਤਰੀਕ ਵਾਲੇ ਦਿਨ ਸਰਕਾਰ ਨਾਲ ਮੀਟਿੰਗ ਹੈ ਉਹਦੇ ਵਿੱਚ ਕੀ ਹੋਊਗਾ, ਸਰਕਾਰ ਤੇ ਭੁਪਿੰਦਰ ਸਿੰਘ ਮਾਨ ਦੇ ਪਿਛਾਂ ਹੋਣ ਤੋਂ ਬਾਅਦ ਕੋਈ ਪ੍ਰੈਸ਼ਰ ਰਹੂਗਾ ਕਿ ਨਹੀਂ ਰਹੂਗਾ? ਭੁਪਿੰਦਰ ਸਿੰਘ ਮਾਨ ਜੇ ਪਿੱਛੇ ਚਲੇ ਗਿਆ ਤੇ ਗਵਰਨਮੈਂਟ ਨੂੰ ਆਪਣੇ ਆਪ ਨੂੰ ਬੈਕਫੁੱਟ ਤੇ ਮਹਿਸੂਸ ਕਰਨਾ, ਜਾਂ ਉਸ ਕਮੇਟੀ ਜਦੋਂ ਮਾਣਯੋਗ ਸੁਪਰੀਮ ਕੋਰਟ ਨੂੰ ਮੰਨ ਹੀ ਨਹੀਂ ਰਹੇ ਕਿਸਾਨ, ਤੇ ਫਿਰ ਜਿਹੜੀ ਗੱਲਬਾਤ ਆ ਉਹਦੇ ਵਿੱਚ ਕੋਈ ਸਿਫਤੀ ਡਿਵੈਲਪਮੈਂਟ ਹੋ ਸਕੂਗੀ ਕਿ ਨਹੀਂ? ਇਹ ਵੀ ਸਵਾਲ ਆ ਕਿ 15 ਨੂੰ ਜਦੋਂ ਕਿਸਾਨ ਜਥੇਬੰਦੀਆਂ ਔਰ ਖੇਤੀ ਮੰਤਰੀ ਜਾਂ ਪਿਊਸ਼ ਗੋਇਲ ਮਿਲਣਗੇ ਸੋਮ ਪ੍ਰਕਾਸ਼, ਉਸ ਵੇਲੇ ਕੋਈ ਨਵੀਂ ਪ੍ਰਪੋਜ਼ਲ ਗਵਰਨਮੈਂਟ ਲਿਆਊਗੀ ਕਿ ਨਹੀਂ, ਕੋਈ ਨਵੇਂ ਪ੍ਰਸਤਾਵ ਨਾਲ ਆਊਗੀ, ਜਾਂ ਇਹ ਮੀਟਿੰਗ ਹੋ ਵੀ ਸਕਦੀ ਹੈ ਕਿ ਨਹੀਂ? ਕੀ ਸੁਪਰੀਮ ਕੋਰਟ ਵੱਲੋਂ ਬਿੱਲ ਰੋਕ ਦੇਣ ਤੋਂ ਬਾਅਦ, ਕਮੇਟੀ ਬਣਾ ਦੇਣ ਤੋਂ ਬਾਅਦ ਸਰਕਾਰ ਦਿਲਚਸਪੀ ਦਿਖਾ ਰਹੀ ਹੈ ਗੱਲਬਾਤ 'ਚ ਕਿ ਨਹੀਂ, ਜਾਂ ਇਸ ਮੀਟਿੰਗ ਦਾ ਕੋਈ ਅਰਥ ਵੀ ਰਹਿ ਜਾਂਦਾ ਕਿ ਨਹੀਂ? ਬਿਲਕੁਲ, ਇਸ ਮੀਟਿੰਗ ਦਾ ਕੋਈ ਅਰਥ ਰਹਿ ਜਾਂਦਾ ਜੀ, ਕਿਉਂਕਿ ਜਦੋਂ ਸਰਕਾਰ ਵੀ ਪਹਿਲਾਂ ਇਹੋ ਚਾਹੁੰਦੀ ਸੀ ਕਿ ਕਮੇਟੀ ਬਣਾ ਲਓ ਜੀ, ਸਰਕਾਰ ਤੇ ਪਹਿਲਾਂ ਚਾਹੁੰਦੀ ਸੀ, ਲੇਕਿਨ ਹੁਣ ਜਿਹੜੀ ਕਮੇਟੀ ਬਣੀ ਉਹ ਤੇ ਦੋਸ਼ ਲੱਗ ਕੇ ਕਿ ਇਹਦੇ ਸਰਕਾਰ ਪੱਖੀ ਆ ਜੀ, ਉਸ 'ਚੋਂ ਇੱਕ ਮੈਂਬਰ ਬਾਹਰ ਹੋ ਗਿਆ, ਔਰ ਇੱਧਰ ਕਿਸਾਨ ਕਹਿ ਰਹੇ ਸੀ ਕਿ ਅਸੀਂ ਅਦਾਲਤ ਵਿੱਚ ਜਾਣਾ ਨਹੀਂ ਹੈ ਜੀ, ਤੇ ਹੁਣ ਜਦੋਂ ਸਾਰਾ ਕੁਝ ਸਾਹਮਣੇ ਆ ਤਾਂ ਕੀ ਇਸ ਜਿਹੜੀ ਮੀਟਿੰਗ ਹੈ 15 ਦੀ ਉਹਦਾ ਕੋਈ ਮਕਸਦ ਰਹਿ ਜਾਂਦਾ? ਜੀ ਜੀ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸੋ ਇਸ ਕਰਕੇ ਇਸ ਮੀਟਿੰਗ ਨੂੰ ਬੜੇ ਸਹਿਜ ਨਾਲ ਵਿਚਾਰਨਾ ਬਣਦਾ ਜੀ, ਕੀ ਹੋ ਰਿਹਾ, ਕੀ ਹੋਣਾ ਚਾਹੀਦਾ ਸੀ? ਸੱਚਮੁੱਚ ਇਸ ਗੱਲ ਤੇ ਨਿਗਾਹ ਸਾਰਿਆਂ ਦੀ ਰਹੂਗੀ, ਔਰ ਇਹ ਬਹੁਤ ਸਿਆਣਪ ਨਾਲ ਜਥੇਬੰਦੀਆਂ ਦੇ ਆਗੂਆਂ ਨੂੰ ਤੁਰਨ ਦੀ ਲੋੜ ਹੋਊਗੀ। ਇਹ ਸਵਾਲ ਵੱਡਾ ਹੈ, ਇਹਦੇ ਉੱਤੇ ਅੱਗੇ ਕੁਛ ਮਹਿਮਾਨਾਂ ਦੇ ਨਾਲ ਅਸੀਂ ਫਿਰ ਗੱਲ ਕਰਾਂਗੇ ਜਿਹੜੇ ਇਹਨੂੰ ਬਹੁਤ ਆਲੋਚਨਾਤਮਕ ਨਜ਼ਰੀਏ ਨਾਲ ਦੇਖਦੇ ਆ ਕਿ ਵੱਖ ਵੱਖ ਵਿਚਾਰ ਇਕੱਠੇ ਤੁਰ ਸਕਦੇ ਆ, ਕੋਈ ਕਾਮਨ ਮਿਨੀਮਮ ਪ੍ਰੋਗਰਾਮ ਵਿਚਾਰ ਦਾ ਸੋਚ ਦਾ ਬਣ ਸਕਦਾ। ਸੋ ਹੁਣ ਤੱਕ ਲਈ ਇੰਨਾ ਹੀ, ਬਹੁਤ ਮਿਹਰਬਾਨੀ ਭੁਪਿੰਦਰ ਸਿੰਘ ਮਾਨ
ਬਾਹਰ ਹੋ ਚੁੱਕੇ ਕਮੇਟੀ ਤੋਂ, ਮੈਂ ਫਿਰ ਇੱਕ ਵਾਰੀ ਜਾਣਕਾਰੀ ਦੇ ਦਿਆਂ। ਔਰ ਕਾਂਗਰਸ ਸੱਤਾਧਾਰੀ ਧਿਰਾ ਪੰਜਾਬ 'ਚ, ਉਹਨੂੰ ਸੁੱਖ ਦਾ ਸਾਹ ਆਇਆ ਪੰਜਾਬ ਦੀ ਕੈਬਨਿਟ ਦੀ ਹੋਣ ਵਾਲੀ ਮੀਟਿੰਗ 'ਚ ਸ਼ਾਇਦ ਮਾਹੌਲ ਥੋੜਾ ਖੁਸ਼ਗਵਾਰ ਰਹੇ, ਜਿਹੜਾ ਕਾਫੀ ਹੱਦ ਤੱਕ ਮੁਸ਼ਕਲ 'ਚ ਪਾ ਰਿਹਾ ਸੀ। ਬਿਲਕੁਲ। ਸੋ ਬਹੁਤ ਮਿਹਰਬਾਨੀ, ਬਹੁਤ ਧੰਨਵਾਦ।